श्रीकाल तुसीं देख रहे हो जस टीवी ते आपां फिर हमेशा दी तरह हाजर हाँ हर सोमवार नूं लाइव शो लैके कम्यूनिटी कनैक्ट जो आपां इंडियनैपोलिस तों करदे हां ते इही शो एक जो है कि इंडियनैपोलिस दी कम्यूनिटी नूं डोर टू डोर बिजनेस टू बिजनेस कारोबार जिहड़े पंजाबियां दे सारयां नूं कनैक्ट करेगा। आपां कोशिश करांगे कि अपनी पंजाबी कम्यूनिटी जो इंडियनैपोलिस बसी हुई है काफ़ी संघणी बसोआ हुण तां उहनां नूं आपां उहनां दे जिहड़े आउण वाले प्रोग्राम ने जां आउण वाले कारोबार ने जां किसे तरह दा मूव होना चाहुंदे ने हर तरह की इनफॉर्मेशन जिहड़ी आपां उहनां तक पहुंचदी करिया करांगे। कोई इमीग्रेशन की होवे जां कोई बिजनेस खरीदण की होवे जां बिजनेस वेचण की होवे जां कोई अपने सिख इतिहास का फंक्शन आ रहा जां लोहड़ी आ रही जिदा आने वाली आ दिवाली आऊगी फिर विसाखी आने वाली आ आपां इसे तरह जिहड़े फंक्शन आ उह उलीकिया करांगे इत्थे इंडियनैपोलिस विच बैठ के ते अपने नाल दीआं स्टेटां भी कनैक्ट करांगे जिदा मिशिगन हो गई इंडियनैपोलिस हो गई सॉरी इंडिया कहता मिशिगन कंटकी ओहायो ते शिकागो इन्हां नूं कनैक्ट करांगे। इसे तरह ही आपां जिहड़ा सिलसिला है जारी रहेगा। आपां गल करांगे जिहड़ी कल ही मीटिंग हुई आ उह फिर किसानां दी कोई बेसिटा मीटिंग रही आ ਇਹ ਜਿਹੜੀ ਮੀਟਿੰਗ ਆ ਬੇਸਿਕਾ ਕਿਉਂ ਰਹੀ ਕਿਉਂ ਚਾਰ ਗੱਲਾਂ ਕਿਉਂ ਨਹੀਂ ਕਲੀਅਰ ਹੋਈਆਂ ਆਪਾਂ ਇਹਨਾਂ ਗੱਲਾਂ ਤੇ ਗੱਲ ਫਿਰ ਕਰਾਂਗੇ। ਆਪਣੇ ਨਾਲ ਵੀ ਕੁਝ ਗੈਸਟ ਵੀ ਜਾਣਗੇ ਜਿਹੜੇ ਐਸਸੀਪੀ ਦੇ ਮੈਂਬਰ ਨੇ ਉਹਨਾਂ ਨੂੰ ਆਪਾਂ ਲੈ ਕੇ ਆਏ ਉਹ ਇਸ ਬਾਰੇ ਵੀ ਗੱਲ ਕਰਾਂਗੇ ਕਿ ਇਹ ਜਦੋਂ ਕਮੇਟੀਆਂ ਬਣ ਜਾਂਦੀਆਂ ਨੇ ਤੇ ਇਹਨਾਂ ਦਾ ਇੰਨਾ ਅੜੀਅ ਰਵੱਈਆ ਕਿਉਂ ਹੋ ਜਾਂਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਬੜੇ ਹੱਥ ਜੁੜਦੇ ਨੇ ਤੇ ਜਦੋਂ ਵੋਟਾਂ ਪੈ ਕੇ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਨਾਲ ਹੀ ਇਹਨਾਂ ਦੇ ਦੇਖਣ ਦੀ ਨਜ਼ਰ ਹੀ ਬਦਲ ਜਾਂਦੀ ਕਿ ਆਮ ਪਬਲਿਕ ਨੂੰ ਇਹ ਬਿਲਕੁਲ ਜਾਣਦੇ ਕੁਛ ਨਹੀਂ ਕਿ ਵੋਟਾਂ ਤੋਂ ਬਾਅਦ ਮਜ਼ਬੂਤ ਵੈਲਿਊ ਕੋਈ ਹੈ ਕਿ ਨਹੀਂ ਹੈ। ਆਪਾਂ ਇਹਨਾਂ ਚੀਜ਼ਾਂ ਤੇ ਪਹਿਰਾ ਦੇਣਾ ਇਸੇ ਤਰ੍ਹਾਂ ਹੀ ਕਮਿਊਨਿਟੀ ਨੂੰ ਨਾਲ ਲੈ ਕੇ ਪੂਰੀ ਇੰਡੀਅਨੈਪੋਲਿਸ ਸੰਗਤ ਨੂੰ ਨਾਲ ਲੈ ਕੇ ਤੁਸੀਂ ਲਾਈਵ ਕਾਲ ਵੀ ਕਰ ਸਕਦੇ ਹੋ ਇਹ ਹੇਠਾਂ ਲਿਖ ਦਿਓ ਨੰਬਰਾਂ ਤੇ ਜਿਹੜਾ ਸਾਡਾ ਨਿਊਯੋਰਕ ਦਾ ਨੰਬਰ ਚੱਲ ਰਿਹਾ ਉੱਤੇ ਕਾਲ ਕਰ ਸਕਦੇ ਹੋ ਕੋਈ ਕੁਐਸਚਨ ਹੋਵੇ ਜਾਂ ਮੈਂ ਕੋਈ ਗਲਤ ਕਹਿ ਰਿਹਾ ਹੋਵਾਂ ਕਮਿਊਨਿਟੀ ਬਾਰੇ ਤੁਸੀਂ ਬੇਹੱਕ ਲਾਈਵ ਚੱਲਦੇ ਸ਼ੋਅ ਦੇ ਵਿੱਚ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀ ਭਾਈ ਸਾਹਿਬ ਆਹ ਗੱਲ ਗਲਤ ਆ ਜਾਂ ਕੋਈ ਮੇਰਾ ਗੈਸਟ ਜਿਹੜਾ ਮੇਰੇ ਨਾਲ ਜੁੜਿਆ ਹੁੰਦਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤੁਸੀਂ ਸਾਨੂੰ ਉਹ ਦੱਸ ਸਕਦੇ ਹੋ ਜੇ ਤੁਸੀਂ ਦੱਸੋਗੇ ਤਾਂ ਹੀ ਸਾਨੂੰ ਪਤਾ ਲੱਗੂ। ਇੱਕ ਕਹਿੰਦੇ ਹੀਰੇ ਨੂੰ ਤਰਾਸ਼ਣ ਤੋਂ ਬਾਅਦ ਜਾਂ ਪੱਥਰ ਨੂੰ ਤਰਾਸ਼ਣ ਤੋਂ ਬਾਅਦ ਪਤਾ ਲੱਗਦਾ ਕਿ ਉਹਦੇ ਅਸਲੇ ਵਿੱਚ ਅਸਲੀ ਅੰਦਰ ਹੈ ਕੀ। ਜੇ ਕਿਸੇ ਚੀਜ਼ ਨੂੰ ਤਰਾਸ਼ਾਂਗੇ ਪਤਾ ਕਰਾਂਗੇ ਫਿਰ ਹੀ ਆਪਾਂ ਨੂੰ ਪਤਾ ਲੱਗਣਾ ਕਿ ਇਹਦੇ ਅੰਦਰੋਂ ਅਸਲੀ ਨਿਕਲੂਗਾ ਕੀ। ਇਸੇ ਤਰ੍ਹਾਂ ਜਿਹੜਾ ਆਪਾਂ ਪਿਛਲੇ 4 ਵੀਕ ਤੋਂ ਇਹਦੇ ਪਿੱਛੇ ਪਏ ਹੋਏ ਹਾਂ ਕਿਸਾਨੀ ਦੇ ਪਿੱਛੇ ਆਪਾਂ ਕੁਛ ਗੱਲਾਂ ਕਰਾਂਗੇ ਅੱਜ ਜਿਹੜੀਆਂ ਕਿਸਾਨਾਂ ਨੂੰ ਵੀ ਥੋੜ੍ਹਾ ਹੋਰ ਹਟ ਕੇ ਵੀ ਸੋਚਣਾ ਚਾਹੀਦਾ ਕਿ ਜੇ ਅਸੀਂ ਸਰਪਲਸ ਦੇ ਵਿੱਚ ਆ ਉੱਥੇ ਕੀ ਹੋਣਾ ਚਾਹੀਦਾ। ਅਸੀਂ ਥੋੜ੍ਹਾ ਇਸ ਮੁੱਦੇ ਤੇ ਗੰਭੀਰਤਾ ਨਾਲ ਸੋਚਾਂਗੇ ਤੇ ਇੱਕ ਸੰਦੇਸ਼ ਹੈ ਜਿਹੜਾ ਉਹ ਜ਼ਰੂਰ ਪਹੁੰਚਾਵਾਂਗੇ ਤੇ ਆਪਾਂ ਹੁਣ ਆਪਣੇ ਗੈਸਟ ਪਹੁੰਚ ਚੁੱਕੇ ਨੇ ਉਹ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਪਹਿਲਾਂ ਆਪਾਂ ਵੈਲਕਮ ਕਰਦੇ ਹਾਂ ਸਰਦਾਰ ਤਾਰਾ ਸਿੰਘ ਜੀ ਸੱਲਾ ਜੋ ਐਸਪੀ ਦੇ ਮੈਂਬਰ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਉਹਦੇ ਨਾਲ ਹੀ ਉਹਨਾਂ ਦੇ ਸੁਪੁੱਤਰ ਸਰਦਾਰ ਬਤੇਰ ਸਿੰਘ ਸੱਲਾ ਜੁੜੇ ਨੇ ਤੇ ਆਪਾਂ ਉਹਨਾਂ ਦਾ ਤੁਹਾਡਾ ਵੀ ਨਿੱਘਾ ਵੈਲਕਮ ਹੈ ਸੱਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਮਾਰੇ ਭਾਈ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਇਸੇ ਤਰ੍ਹਾਂ ਹੀ ਆਪਣੇ ਨਾਲ ਗੈਸਟ ਆਪਣੇ ਜੁੜੇ ਨੇ ਆਪਾਂ ਇਹਨਾਂ ਨੂੰ ਜਿਹੜੇ ਐਸਸੀਪੀ ਦੀ ਐਸਸੀਪੀ ਦੀਆਂ ਕੁਝ ਪ੍ਰੋਬਲਮਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ ਜਿਹੜੇ ਸੀਨੀਅਰ ਮੈਂਬਰ ਹਾਲੇ ਵੀ ਮੈਂਬਰ ਨੇ ਸਰਦਾਰ ਤਾਰਾ ਸਿੰਘ ਉਹਨਾਂ ਤੋਂ ਪੁੱਛਾਂਗੇ ਕਿ ਇਹ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਕਿਉਂ ਆਉਂਦੀਆਂ ਨੇ ਜਦੋਂ ਕੋਈ ਸੱਤਾ 'ਚ ਆ ਜਾਂਦਾ ਉਹ ਸੱਤਾ ਦੇ ਆਉਣ ਤੋਂ ਪਹਿਲਾਂ ਹੋਰ ਕਿਉਂ ਹੁੰਦਾ ਅਤੇ ਸੱਤਾ ਦੇ ਆਉਣ ਬਾਅਦ ਕਿਉਂ ਬਦਲ ਜਾਂਦਾ। ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੇ ਆਪਾਂ ਇਸੇ ਕਰਕੇ ਸਰਦਾਰ ਤਾਰਾ ਸਿੰਘ ਜੀ ਨੂੰ ਲੈ ਕੇ ਕਿਉਂਕਿ ਕਾਫ਼ੀ ਦੇਰ ਤੋਂ ਮੈਂਬਰ ਨੇ ਅਤੇ ਕਾਫ਼ੀ ਦੇਰ ਤੋਂ ਉਹ ਜਿਹੜੀ ਐਸਸੀਪੀ ਜਿਹਨੂੰ ਅਸੀਂ ਅੰਮ੍ਰਿਤਸਰ ਦੀ ਕਮੇਟੀ ਬਣੀ ਹੋਈ ਆ ਉਹਦੇ ਵਿੱਚ ਇਹਨਾਂ ਦਾ ਕਾਫ਼ੀ ਵੱਡਾ ਹੱਥ ਆ। ਬਾਕੀ ਇਹ ਸਾਰੇ ਤਰ੍ਹਾਂ ਦੇ ਲੀਡਰਾਂ ਨਾਲ ਵੀ ਮਿਲਦੇ ਰਹਿੰਦੇ ਨੇ ਅਤੇ ਅੰਕਲ ਜੀ ਮੈਂ ਤੁਹਾਨੂੰ ਸਰਦਾਰ ਤਾਰਾ ਸਿੰਘ ਜੀ ਇੱਕ ਕੁਐਸਚਨ ਪੁੱਛਦਾ ਜੀ ਜਦੋਂ ਬੰਦਾ ਸੱਤਾ 'ਚ ਨਹੀਂ ਹੁੰਦਾ ਉਹ ਵੋਟਾਂ ਦੀ ਵੇਟ ਕਰਦਾ ਵੋਟਾਂ ਮੰਗਣ ਜਾਂਦਾ ਅਤੇ ਬੜੇ ਹੱਥ ਜੋੜਦਾ ਬੜਾ ਨਿਮਾਣਾ ਹੁੰਦਾ ਸੱਤਾ ਦੇ ਆਉਣ ਤੋਂ ਬਾਅਦ ਕੀ ਉਹਨੂੰ ਕੀ ਹੋ ਜਾਂਦਾ? ਸੱਤਾ 'ਚ ਆਉਣ ਤੋਂ ਬਾਅਦ ਜੀ ਜਦੋਂ ਜਾਂਦੇ ਵੋਟਾਂ ਮੰਗਣ ਉਦੋਂ ਇਹਨਾਂ ਦੀ ਕੋਈ ਸ਼ਕਲ ਹੋਰ ਹੁੰਦੀ ਆ ਜਦੋਂ ਇਹ ਤਖ਼ਤ 'ਤੇ ਆ ਕੇ ਬੈਠ ਜਾਂਦੇ ਆ ਜਿਸ ਤਰ੍ਹਾਂ ਕਿ ਸਾਡੇ ਉੱਥੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣੇ ਆ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ 'ਚ ਬੜੀ ਉਦੋਂ ਰਾਤ ਦਿਨ ਦੇ ਵਾਸਤੇ ਅਸੀਂ ਮਿਹਨਤ ਕਰਨੇ ਹਾਂ ਲੋਕਾਂ ਦੇ ਹੱਥ ਜੋੜ ਜੋੜ ਕੇ ਵੋਟਾਂ ਮੰਗ ਕੇ ਇਹਨਾਂ ਨੂੰ ਸੱਤਾ 'ਚ ਲਿਆਉਂਦੇ ਹਾਂ। ਸੈਂਟਰ ਸਰਕਾਰ ਦੇ ਵਿੱਚ ਜਦੋਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜੀ ਇਹ ਸੱਤਾ ਵਿੱਚ ਆਏ ਆ ਸਾਡੇ ਪਾਰਲੀਮੈਂਟ ਮੈਂਬਰ ਉਹ ਇਹੋ ਜਿਹੇ ਕਾਨੂੰਨ ਬਣਾ ਤੇ ਉਹਨਾਂ ਨੇ ਕਿ ਜਿਹੜੇ ਜ਼ਿਮੀਂਦਾਰ ਦੀ ਖੇਤੀ ਜਿਹੜੀ ਕਰਦੇ ਜ਼ਿਮੀਂਦਾਰ ਤੁਹਾਨੂੰ ਪਤਾ ਹੀ ਜ਼ਿਮੀਂਦਾਰ ਜਿਹੜੇ ਰਾਤ ਦਿਨ ਜਾ ਕੇ ਜਦੋਂ ਬਿਜਲੀ ਬੰਦ ਹੁੰਦੀ ਆ ਜਾ ਕੇ ਇੰਜਨ ਚਲਾਉਣੇ ਇੰਜਨਾਂ ਦੇ ਵਿੱਚ ਤੇਲ ਡੀਜ਼ਲ ਜਿਹੜਾ ਕਿੰਨਾ ਮਹਿੰਗਾ ਕਰਤਾ ਇਹਨਾਂ ਨੇ ਸੋ ਵਹਾਈ 'ਤੇ ਇੰਨਾ ਖਰਚ ਆਉਂਦਾ ਕਿ ਤਿੰਨ ਤਿੰਨ ਚਾਰ ਚਾਰ ਵਾਰੀ ਅਸੀਂ ਖੇਤ ਨੂੰ ਵਾਹ ਕੇ ਫਿਰ ਉਸਨੂੰ ਰੌਣੀ ਕਰਨੇ ਆ ਪਾਣੀ ਲਾ ਕੇ ਟਿਊਬਵੈੱਲ ਚਲਾ ਕੇ ਟਿਊਬਵੈੱਲਾਂ 'ਚ ਇੰਨੇ ਖਰਚ ਆਉਂਦੇ ਨੇ ਕਿ ਡੀਜ਼ਲ ਇੰਨਾ ਮਹਿੰਗਾ ਹੋ ਚੁੱਕਾ ਸੋ
ਵਾਹੀ ਤੇ ਇੰਨਾ ਖਰਚ ਆਉਂਦਾ ਟਰੈਕਟਰ ਦਾ ਕੋ ਬੈਰਿੰਗ ਟੁੱਟ ਜਾਂਦਾ ਜਦੋਂ ਅਸੀਂ ਹਲਾਂ ਚਲਾਉਂਦੇ ਹਾਂ ਉਹ ਟਰੈਕਟਰ ਤੇ ਪੁਰਜਿਆਂ ਦਾ ਕਿੰਨਾ ਖਰਚਾ ਮੋਬਾਈਲ ਦਾ ਬਹੁਤ ਮਹਿੰਗਾ ਕਰਤਾ ਇਹਨਾਂ ਨੇ ਡੀਜ਼ਲ ਮਹਿੰਗਾ ਕਰਤਾ ਉਹ ਅਸੀਂ ਜਦੋਂ ਆਪਣੇ ਖੇਤੀਬਾੜੀ ਦੇ ਸੰਦ ਜਿਹੜੇ ਆ ਉਹ ਕਈ ਇੰਨੇ ਮਹਿੰਗੇ ਕਰਤੇ ਨੇ ਜਿਹਨਾਂ 'ਤੇ ਸਾਡਾ ਇੰਨਾ ਖਰਚ ਆ ਜਾਂਦਾ ਕਿ ਜ਼ਿਮੀਦਾਰ ਨੂੰ ਖੇਤੀ 'ਚ ਬਚਦਾ ਹੀ ਕੁਛ ਨਹੀਂ ਜੋ ਰੇਟ ਫਿਕਸ ਕਰਦੀ ਰਹੀ ਹੈ ਗੌਰਮੈਂਟ ਸੈਂਟਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਉਹ ਜ਼ਿਮੀਦਾਰ ਆ ਉਸ ਹਿਸਾਬ ਨਾਲ ਆਪਣਾ ਖਰਚ ਕਰਦਾ ਸੀ ਗੌਰਮੈਂਟ ਜਿਹੜੇ ਖੇਤਾਂ 'ਤੇ ਖਰਚ ਆਉਂਦੇ ਨੇ ਉਹ ਸਾਡੇ ਬਹੁਤ ਜ਼ਿਆਦਾ ਆ ਜਾਂਦੇ ਨੇ ਜਦੋਂ ਮੰਡੀ ਵਿੱਚ ਅਸੀਂ ਫਸਲ ਬੀਜ ਕੇ ਪੱਕ ਜਾਂਦੀ ਹੈ ਉਹ ਲਿਜਾਣ ਵਿੱਚ ਵੀ ਸਾਡੇ ਜਿਹੜੇ 3-4 ਕਿੱਲੇ ਦੇ ਮਾਲਕ ਨੇ ਉਹਨਾਂ ਦਾ ਤਾਂ ਵਹਾਈ ਤਾਂ ਪਹਿਲਾਂ ਵਹਾਈ ਵੀ ਉਹਨਾਂ ਟਰੈਕਟਰ ਵਾਲਿਆਂ ਕੋਲ ਵਹਾਉਣੀ ਟਰੈਕਟਰ ਦਾ ਉਹ ਵਹਾਈ ਦਾ ਖਰਚ ਦੇਣਾ ਫਿਰ ਇੰਜਨਾਂ 'ਤੇ ਡੀਜ਼ਲਾਂ ਦਾ ਖਰਚ ਦੇਣਾ ਇੰਜਨ ਖਰਾਬ ਹੋ ਜਾਂਦੇ ਆ ਮੋਬਾਈਲ ਖਰਚ ਪਾਉਣਾ ਉਹਦੇ ਵਿੱਚ ਮੋਬਾਈਲ ਮਹਿੰਗੇ ਹੋ ਗਏ ਆ ਡੀਜ਼ਲ ਮਹਿੰਗਾ ਹੋ ਗਿਆ ਮਿਸਤਰੀ ਦਾ ਜੋ ਬਣਵਾਈ ਦਾ ਖਰਚ ਦੇਣਾ ਉਹ ਪੁਰਦੇ ਲਿਆ ਕੇ ਨਵੇਂ ਪਾਉਣੇ ਇੰਜਨਾਂ ਦੇ ਉੱਤੇ ਇੰਨਾ ਖਰਚ ਆ ਜਾਂਦਾ ਕਿ ਜ਼ਿਮੀਦਾਰ ਨੂੰ ਬਚਦਾ ਹੀ ਕੁਛ ਨਹੀਂ ਜੋ ਰੇਟ ਗੌਰਮੈਂਟ ਨੇ ਬੰਨੇ ਹੋਏ ਹੁਣ ਜੋ ਇਹ ਸਾਡੇ ਉੱਤੇ ਇਹਨਾਂ ਨੇ ਕਾਲੇ ਕਾਨੂੰਨ ਥਾਪਤੇ ਆ ਸੈਂਟਰ ਸਰਕਾਰ ਨੇ ਉਹਦੇ ਵਿੱਚ ਤਾਂ ਜ਼ਿਮੀਦਾਰ ਦੀ ਜ਼ਮੀਨ ਇਹਨਾਂ ਨੇ ਕੁਰਕ ਕਰ ਲੈਣੀ ਜਦੋਂ ਇੱਕ ਵਪਾਰੀ ਨੇ ਖਰੀਦਣੀ ਜ਼ਮੀਨ ਜੋ ਫਸਲ ਹੈ ਜ਼ਿਮੀਦਾਰ ਦੀ ਉਹ ਵਪਾਰੀ ਨੇ ਜੋ ਭਾਅ ਮਰਜ਼ੀ ਲਾਉਣਾ ਉਸ ਹਿਸਾਬ ਨਾਲ ਅਸੀਂ ਜ਼ਿਮੀਦਾਰ ਜਿਹੜੇ ਹਾਂ ਅਸੀਂ ਖਰਚ ਕਰ ਦਿੰਦੇ ਹਾਂ ਜਦੋਂ ਕਿ ਸਾਡੀ ਜ਼ਮੀਨ ਦਾ ਫਸਲ ਦਾ ਰੇਟ ਇਹ ਹੈ ਕੁਇੰਟਲ ਦਾ ਰੇਟ ਇਹ ਹੈ ਅਤੇ ਉਸ ਹਿਸਾਬ ਨਾਲ ਅਸੀਂ ਉਹਨਾਂ ਖਰਚ ਕਰਕੇ ਆਪਣੀ ਜਿਣਸ ਨੂੰ ਪੈਦਾ ਕਰ ਰਹੇ ਹਾਂ ਜਦੋਂ ਸਾਨੂੰ ਪਤਾ ਵੀ ਗੌਰਮੈਂਟ ਨੇ ਖਰੀਦ ਲੈਣੀ ਸਾਡੀ ਇਹ ਜਿਣਸ ਜਦੋਂ ਗੌਰਮੈਂਟ ਨਾਲ ਵਿੱਚੋਂ ਹਟ ਗਈ ਇੱਕ ਵਪਾਰੀ ਆ ਗਿਆ ਪਹਿਲਾਂ ਸਾਨੂੰ ਪਤਾ ਸੀ ਪਹਿਲਾਂ ਜ਼ਿਮੀਦਾਰ ਕਰਦੇ ਰਹੇ ਜਦੋਂ ਵਪਾਰੀ ਖਰੀਦਦਾ ਸੀ ਜੋ ਸਾਡੀ ਜਿਣਸ ਦਾ ਭਾਅ ਹੋਰ ਹੁੰਦਾ ਸੀ ਜਦੋਂ ਗੌਰਮੈਂਟ ਦਾ ਸਹੀ ਹੋਰ ਹੁੰਦਾ ਸੀ ਹੁਣ ਗੌਰਮੈਂਟ ਨੇ ਜੋ ਫਿਕਸ ਰੇਟ ਕਰਤੇ ਆ ਜ਼ਿਮੀਦਾਰ ਜਦੋਂ ਵੋਟਾਂ ਮੰਗਣ ਵਾਸਤੇ ਉਹਨਾਂ ਨੂੰ ਇਹ ਮਜਬੂਰ ਕਰ ਲੈਂਦਾ ਹੈ ਕਿ ਸਾਨੂੰ ਇਸ ਭਾਅ ਮਿਲਣੀ ਚਾਹੀਦੀ ਹੈ ਉਸ ਵੇਲੇ ਤਾਂ ਲਾਰੇ ਲਾ ਜਾਂਦੇ ਨੇ ਸੈਂਟਰ ਸਰਕਾਰ ਵਾਲੇ ਕਿ ਅਸੀਂ ਤੁਹਾਡਾ ਇਹ ਭਾਅ ਬੰਨਾਂਗੇ ਹੁਣ ਜੋ ਮੋਦੀ ਸਰਕਾਰ ਆਈ ਹੈ ਸ਼ਾਇਦ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਜ਼ਿਮੀਦਾਰ ਦੀ ਜ਼ਮੀਨ 'ਤੇ ਕਿੰਨਾ ਖਰਚ ਜ਼ਿਮੀਦਾਰ ਕਰਕੇ ਜਿਣ ਤੋਂ ਗਾਉਂਦਾ ਉਹਨਾਂ ਨੇ ਰੇਟ ਬੰਨੇ ਵਪਾਰੀ ਇੱਕ ਆ ਜਾਣਾ ਜਿਹਦਾ ਜਿਸ ਤਰ੍ਹਾਂ ਕਿ ਅਮੀਰ ਆਦਮੀ ਇੱਕ ਆ ਕੇ ਸਾਰੀ ਜਿਣਸ ਖਰੀਦ ਕੇ ਆਪਣੇ ਸਟੋਰਾਂ 'ਚ ਸਟੋਰ ਵੀ ਬਣਨੇ ਸ਼ੁਰੂ ਹੋ ਗਏ ਮੇਰੇ ਖਿਆਲ ਪੰਜਾਬ ਵਿੱਚ ਵੀ ਹਰਿਆਣੇ ਵਿੱਚ ਵੀ ਜਿਹੜੇ ਅਡਾਨੀ ਮਾਨੀ ਜਿਹੜੇ ਹੈਗੇ ਆ ਉਹਨਾਂ ਨੇ ਸਟੋਰ ਬਣਾਉਣੇ ਸ਼ੁਰੂ ਕਰਤੇ ਆ ਕਿਉਂ ਜਦੋਂ ਉਹਨਾਂ ਨੂੰ ਖਰੀਦ ਹੀ ਦੇ ਦਿੱਤੀ ਇਹਨਾਂ ਨੇ ਅਤੇ ਜੋ ਭਾਅ ਮਰਜ਼ੀ ਜ਼ਿਮੀਦਾਰ ਆ ਲਾਉਣ ਜ਼ਿਮੀਦਾਰ ਤਾਂ ਇਸ ਗੱਲ ਕੰਗਾਲ ਹੋ ਜਾਏਗਾ ਉਹਨਾਂ ਦੀ ਜ਼ਮੀਨਾਂ ਵੀ ਜਾਂਦੀਆਂ ਰਹਿਣਗੀਆਂ ਸੋ ਫਸਲ ਦਾ ਭਾਅ ਨਾ ਮਿਲੇਗਾ ਜਦੋਂ ਫਸਲ 'ਤੇ ਜਿੰਨਾ ਖਰਚਾ ਆ ਜਾਂਦਾ ਉਹਦਾ ਸਾਨੂੰ ਪੂਰਾ ਮੁੱਲ ਨਾ ਮਿਲੇਗਾ ਅਤੇ ਜੋ ਇਹਦੀ ਮਰਜ਼ੀ ਨਾਲ ਭਾਅ ਲਾਉਣਗੇ ਜਦੋਂ ਗੌਰਮੈਂਟ ਹੀ ਵਿੱਚੋਂ ਹਟ ਜਾਏਗੀ ਤਾਂ ਸੋ ਬਈ ਅਸੀਂ ਇਸ ਗੱਲ ਦੀ ਮੰਗ ਕਰਨੇ ਹਾਂ ਬੜੀ ਪਹਿਲਾਂ ਤਾਂ ਮੈਂ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਂ ਇੱਥੇ ਆਪਣੇ ਬੱਚਿਆਂ ਕੋਲ ਆਇਆ ਸੀ ਹਰ ਸਾਲ ਆਈਦਾ 2-3 ਮਹੀਨੇ ਇਹਨਾਂ ਕੋਲ ਆ ਕੇ ਇਹਨਾਂ ਦੇ ਕਾਰੋਬਾਰ ਦੇਖ ਜਾਈਦੇ ਬੜੀ ਮਿਹਨਤ ਕਰਕੇ ਇਹਨਾਂ ਨੇ ਆਪਣੇ ਕਾਰੋਬਾਰ ਇੱਥੇ ਸ਼ੁਰੂ ਕੀਤੇ ਨੇ ਤਾਂ ਬੜੀ ਖੁਸ਼ੀ ਹੁੰਦੀ ਆ ਕੱਲ੍ਹ ਜੋ ਰੈਲੀ ਨਿਕਲੀ ਇੱਥੇ ਉਹ ਇੰਨਾ ਰੋਸ ਹੈ USA ਦੇ ਵਿੱਚ ਜੋ ਪੰਜਾਬੀ ਬੈਠੇ ਨੇ ਜਾਂ ਹਰਿਆਣਵੀ ਬੈਠੇ ਨੇ ਕਿ ਇਹਨਾਂ ਨੇ ਬਹੁਤ ਵੱਡੀ ਰੈਲੀ ਕੱਲ੍ਹ ਕੱਢੀ ਸੀ ਕਾਰਾਂ ਦੇ ਨਾਲ ਆਪਣੇ ਆਪਣੇ ਰੋਸ ਜ਼ਾਹਰ ਕੀਤਾ ਸੀ ਕਿ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਜੋ ਮੋਦੀ ਸਾਹਿਬ ਬੈਠੇ ਨੇ ਉਹ ਪਰ ਸ਼ਾਇਦ ਉਹਨਾਂ ਦੀ ਜ਼ਮੀਨ ਹੀ ਹੈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਖੇਤੀ ਕਰਦੇ ਹੀ ਨਹੀਂ ਕਿ ਕਿੰਨਾ ਖਰਚਾ ਆ ਜਾਂਦਾ ਸੋ ਬਈ ਮੋਦੀ ਸਾਹਿਬ ਸਮਝੋ ਜਿੰਨਾ ਜੇ ਤੁਸੀਂ ਕਿਸਾਨ ਜਿਹੜੇ ਬੈਠੇ ਨੇ ਧਰਨੇ 'ਤੇ ਕਈ ਦਿਨ ਹੋ ਗਏ ਬੈਠਿਆਂ ਨੂੰ ਪਹਿਲਾਂ ਪੰਜਾਬ ਵਿੱਚ ਬੈਠੇ ਸੀ ਹੁਣ ਇੱਥੇ ਆ ਕੇ ਬੈਠੇ ਤੁਹਾਡੇ ਕੋਲ ਇਹ ਮੰਗ ਕਰਨ ਆਏ ਵੀ ਜੋ ਤੁਸੀਂ ਕੁਰਾਲੇ ਕਾਨੂੰਨ ਆਏ ਨੇ ਉਹਨਾਂ ਨੂੰ ਖਤਮ ਕਰੋ ਮੋਦੀ ਸਾਹਿਬ ਇਹ ਬਹੁਤ ਰੋਸ ਹੈ ਸਾਰੇ ਮੁਲਕਾਂ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਜਾ ਕੇ ਦੇਖਿਆ ਕਿ ਇੰਨਾ ਪੰਜਾਬੀਆਂ 'ਚ ਹਰਿਆਣਵੀਆਂ 'ਚ ਇੰਨਾ ਗੁੱਸਾ ਹੈ ਇੰਨਾ ਜੋਸ਼ ਹੈ ਕਿ ਉਹ ਇਹ ਕਾਲੇ ਕਾਨੂੰਨਾਂ ਨੂੰ ਬੰਦ ਕਰਾਉਣ ਵਿੱਚ ਸਾਰੇ ਮੁਲਕ ਜਿਹੜੇ ਆ ਬਾਹਰਲੇ ਕੈਨੇਡਾ ਵਾਲੇ ਵੀ ਸਾਰੇ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਹੈ ਇੱਥੇ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਨੇ ਵੀ ਕਹਿਤਾ ਤੁਹਾਨੂੰ ਸੋ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਜ਼ਿਮੀਦਾਰ ਖਤਮ ਹੋ ਗਿਆ ਜ਼ਮੀਨਾਂ ਖਤਮ ਹੋ ਗਈਆਂ ਤਾਂ ਤੁਸੀਂ ਰਾਜ ਕਿਹਤੇ ਕਰਨਾ ਤੋ ਮੈਂ ਇਹੋ ਹੀ ਬੇਨਤੀ ਕਰਨਾ ਬੜਾ ਦੁਖੀ ਹੋ ਹਿਰਦੇ ਦੇ ਨਾਲ ਇੱਥੇ ਬੈਠਾ ਸਾਡੇ ਬੱਚੇ ਵੀ ਬਹੁਤ ਦੁਖੀ ਨੇ ਕਿ ਉਹ ਸਾਡੀਆਂ ਜ਼ਮੀਨਾਂ ਨੇ ਇਹਨਾਂ ਦੀਆਂ ਜ਼ਮੀਨਾਂ ਨੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਨੇ ਪੰਜਾਬ ਵਿੱਚ ਇਹਨਾਂ ਨੂੰ ਜੇ ਪੂਰੇ ਪਾਜ ਨਾ ਮਿਲੇ ਇੱਥੇ ਆ ਕੇ ਮਿਹਨਤ ਕਰਕੇ ਇਹਨਾਂ ਨੇ ਇੰਨਾ ਪੈਸਾ ਭੇਜਿਆ ਉੱਥੇ ਹਿੰਦੁਸਤਾਨ ਦੇ ਵਿੱਚ ਕਿ ਹਿੰਦੁਸਤਾਨ ਦੇ ਪੰਜਾਬੀਆਂ ਨੂੰ ਖੁਸ਼ਹਾਲ ਕੀਤਾ ਹਿੰਦੁਸਤਾਨ ਇੰਨਾ ਟੈਕਸ ਭਰਿਆ ਕਿ ਪੰਜਾਬ ਖੁਸ਼ਹਾਲ ਹੋ ਜਾਵੇ ਸੋ ਅੱਜ ਪੰਜਾਬ ਜੇ ਖੁਸ਼ਹਾਲ ਹੋਇਆ ਤਾਂ ਤੁਹਾਡੀਆਂ ਅੱਖਾਂ ਮੋਦੀ ਸਾਹਿਬ ਪੰਜਾਬ ਵੱਲ ਆ ਗਈਆਂ ਨੇ ਕਿ ਜ਼ਿਮੀਦਾਰਾਂ ਨੂੰ
कुचलिया जाए, खेतीबाड़ी नूं खत्म किया जाए। तो मैं यो ही बेनती करना कि जरूर ये जड़े काले कानून नूं खत्म करो ता जो पंजाब की जनता जड़ी है खुशहाल तो के बाहर जड़े बैठे ने बच्चे वह भी उन्हों का दिल करता कि असी पंजाब च आके हिंदुस्तान च आके इन्ह लोगों की मदद करिए जड़े बहुत सारे साडे वीर जिन्हां दीआं मौतां हो चुकियां ने ठंड दे नाल उत्थे साडीआं भैणां बैठीआं ने साडीआं बीबियां बैठीआं ने साडे वीर बैठे ने खेती करन वाले सो उन्हां दी जाके मदद करिए। सो मोदी साहब नूं पता नहीं उत्थे दिल्ली च बैठिया दिसदा ही नहीं कि जिहड़े जिमीदार बैठे ने इन्ना करख्त नहीं होना चाहीदा मोदी साहब इन्हां जिमीदारां दी पुकार सुनो ये बेवकूफ नहीं ये पढ़े लिखे जिमीदार ने जिन्हां ने LLB की है बहुत सारे जिमीदार जड़े ने बहुत सारिया डिग्रियां करके जेडे अज उत्थे बैठे ने जिमीदार बहुत सियाना हो चुका है जिमीदार नूं खत्म करने की कोशिश ना करो ये तुहानूं बहुत महंगा पेगा। हुण ते तुसीं सत्ता विच आ गए हो जे सत्ता जदों तुहाडी खत्म होनी है उस विच पंजाब च वड़ के देखियो हरियाणा च वड़ के देखियो हिंदुस्तान के सारे जिमीदार जाग पए ने। सो मैं इन्ना ही लफ्ज़ां दे नाल फिर धन्यवाद करना जस पंजाबी टीवी का जिन्हें कि साड़िया ये गल्लां सारे मोदी साहब तक पहुँचाने की कोशिश की है पंजाबियों नूं ये सारे फखर होना चाहिए सारे जड़े बैठे USA दे विच जस पंजाबी टीवी का। तो मैं धन्यवाद करता आखिर जाच का वाहेगुरू जी का खालसा वाहेगुरू जी की फतेह। इस तरह ही आप गल करांगे उन्होंने सपुत्र सरदार बलदेव सिंह सल्ला वह भी इतने बिजनेसमैन ने 100-200 के नेड़े गैस चलाते हैं बड़ी वड्डी फैमिली है इन्हां दी। आपां जे मन विच की क्वेश्चन उठदे ने कि जे ये गल अपने ना कीती जावे जे इह आपां सुणांगे जे मैं क्वेश्चन पुछदा इक वी सल्ला साहब जे इत्थे दी गौरमेंट कहे भी असीं तुहानूं डिपोर्ट कर देना तुहाडे सारे गैस स्टेशन खोलणे तुहाडे की हालात होणगे जे कंपेयर करिए पंजाब दी खेती दे नाल ते इत्थे दे कारोबार नाल तुहाडा रिएक्शन की होऊगा? हाँ जी, सब तो पहला जस पंजाबी सुनने वालों नूं आओ फतेह बुलाइए वाहेगुरू जी का खालसा वाहेगुरू जी की फतेह। बराड़ साहब तुहाडा बहुत बहुत धन्यवाद तुसीं अपने साडे स्टूडियो च सानूं बुलाया क्योंकि इंडियन एपलिस एक बहुत जिदा पंजाब वांगू एक फार्मर स्टेट है बड़ी खूबसूरत स्टेट है एंड इत्थे साडे पंजाबी काफ़ी कैलीफोर्निया दूजियां स्टेटां चों इत्थे मूव होए ने ते सारे सक्सैसफुल बिजनेसमैन बने ने। USA लेवल से ट्रकिंग का बिजनेस नंबर 1 से चल रहा क्योंकि ये USA का सेंटर पैंदा। दूजा जो गैस स्टेशन बिजनेस सी वो भी बहुत ज़्यादा इत्थे साडे पंजाबी आ मिडवेस्ट दे विच विस्कॉन्सन शिकागो इलानोइस मिशिगन इंडियाना कंटकी होर जिन्नियां भी स्टेटा आले दुआले आइवा पैंदियां ने मिडवेस्ट 17 स्टेटा ने इत्थे सिनसिनेटी दे विच भी बहुत काफ़ी अपने पंजाबी बिजनेसमैन ने ट्रकिंग ने सब इन्हों को होटलों के बिजनेस ने बड़े सक्सैसफुल होए ने। सो अज साढ़े जो पंजाब दे विच जो ये प्रॉब्लम आई है ये जान बुझ के ये खड़ी की क्योंकि करोना वायरस बहुत जोर चल रहा सी उसने देखिया किसी ने बाहर नहीं निकलना तो 3 काले कानून मोदी ने पैदा कर दिते कोई छेती जेडे अपना दूजा यदा इलाज किया जाए खोया जाए। सो ये इलैक्शन तो पहला ही अडानी मामनी नाले विक चुका सी इन्हें सारा उन्हां कोलों पैसा लै के जित प्राप्त कीतियां ही उन्हां दे जहाज झूठ झूठ के इलैक्शन जितियां। सो अज सानू प्रॉब्लम खड़ी कीती है क्योंकि असी अपने बाहरों जदों दे ही बाहरों आए आपां मेहनत कीतियां वो अपने मेहनत कर करके असी अपने पिछे पैसे भेजते रहे असी साडे बजुर्गां ने उत्थे पैलियां जमीना खरीदियां बंजर जमीना पुट के ट्रैक्टरां नाल उन्हों वाह के उन्होंने वधिया जमीना बनाईया तो अज साडा नंबर 1 पंजाब जो अभी 75% जो फार्मिंग है साडी पंजाब चू खाना जो जा रहा सारे देश दे विच। सो इन्होंने पहला 370 धारा ला के कश्मीर नू नप लिया क्योंकि मिनोरिटी नपनी सौखी हो जाती है जिदा सानू कहिंदे 2% ये सानू नपने आ ये सानू हुण पंजाब दे वाले इन्हां दी निगाह आ गई उन्होंने बड़े बड़े गोदाम साडे हरियाणा पंजाब दे मोगे वाल बना दिते ने सारा प्रोग्राम पहला ही चल रहा सी ਸਾਨੂੰ ਹੁਣ ਪਤਾ ਲੱਗਾ ਵੀ ਇਹ ਕੀ ਕਰ ਰਹੇ ਸੀ ਸਾਡੀ ਸਟੇਟ ਦੇ ਵਿੱਚ। ਸੋ ਅੱਜ ਸਾਡੇ ਖੇਤਾਂ ਨੂੰ ਜ਼ਮੀਨਾਂ ਸਾਡਾ ਮੋਦੀ ਵੇਚ ਕੇ ਚੱਲਿਆ ਇਹ ਜ਼ਮੀਨਾਂ ਵੇਚੀਆਂ ਫਿਰ ਸਾਡੇ ਆਉਣ ਵਾਲੀ ਜਿਹੜੀ ਏਜੰਸਾਂ ਜਿਹੜੀਆਂ ਬੱਚੇ ਆ ਸਾਨੂੰ ਇਹ ਕਹਿਣਗੇ ਵੀ ਸਾਡੇ ਮਾਂ ਪਿਓ ਕੀ ਕਰਦੇ ਰਹੇ ਸੀ ਉਸ ਟਾਈਮ। ਇੱਦਾਂ ਹੀ ਸਾਡੇ ਸਿੰਘਾਂ ਨੇ ਕੁਝ ਪੰਜਾਬ ਦੇ ਕੋਈ ਚੜ੍ਹ ਕੇ ਆਇਆ ਉਹਨਾਂ ਨੂੰ ਸਿੱਧੇ ਕੀਤੇ ਨੇ ਸੋਧਾ ਲਾਇਆ
ਹੁਣ ਅਸੀਂ ਸਾਡਾ ਫਰਜ਼ ਬਣਦਾ ਹੈ ਅਸੀਂ ਇਹਨਾਂ ਦੀ ਜੋ ਪੰਜਾਬ ਦੇ ਵਿੱਚ ਬਾਹਰ ਆ ਕੇ ਬੈਠੇ ਆ ਜੋ ਮੇਰੇ ਵੀਰ ਉੱਥੇ ਧਰਨਾ ਲਾ ਕੇ ਠੰਡ ਦੇ ਵਿੱਚ ਬੈਠੇ ਨੇ ਹੁਣ ਸਾਡੇ ਅਸੀਂ ਬਾਹਰ ਆਏ ਹਾਂ ਅਸੀਂ ਸਾਰਾ ਬਿਜ਼ਨਸ ਕਰ ਰਹੇ ਹਾਂ ਹੱਥ ਧੋ ਗਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦੀ ਸਪੋਰਟ ਕਰਨੀ ਕੀ ਬੰਦੇ ਭਾਜੀ ਇੱਕ ਮਿੰਟ ਦਿਓ ਆਪਾਂ ਵਾਪਸ ਆਉਂਦੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਹੀ ਵਿਹੜਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੈ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਦਿਓ ਇੱਕ ਛੋਟੀ ਜਿਹੀ ਬ੍ਰੇਕ ਹੁਣੀ ਮਿਲਦੇ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਆਉਂਦੇ ਬਲਦੇ ਭਾਈ ਤੇ ਵਾਪਸ ਦੋ ਮਿੰਟਾਂ ਤੱਕ ਸਤਿ ਸ੍ਰੀ ਅਕਾਲ ਜਸ ਟੀਵੀ ਤੇ ਮੈਂ ਜਿੰਮੀ ਬਰਾੜ ਤੇ ਸਾਡੇ ਗੈਸਟ ਫਿਰ ਜੁੜੇ ਨੇ ਆਪਾਂ ਫਿਰ ਉਹੀ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਜੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਜਿਹਨੂੰ ਸਾਡੀ ਸਰਕਾਰ ਕਹਿ ਰਹੀ ਸਾਡੀ ਕਹਿੰਦੀ ਕਿ ਇੰਡੀਆ ਦੀ ਸਰਕਾਰ ਕਿ ਕਿਸਾਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਸਾਨ ਗੁੱਸੇ ਨੇ ਜੇ ਚੀਜ਼ ਆਪਣੇ ਨਾਲ ਵਰਤੇ ਮੈਂ ਇਹੀ ਕੁਐਸਚਨ ਪਹਿਲਾਂ ਵੀ ਬਲਦੇਵ ਭਾਜੀ ਨੂੰ ਕੀਤਾ ਸੀ ਪਰ ਉਹ ਥੋੜ੍ਹਾ ਸਾਈਡ ਟਰੈਕ ਹੋ ਗਏ ਪਰ ਫਿਰ ਆਪਾਂ ਉਸੇ ਗੱਲ 'ਤੇ ਆਉਂਦੇ ਹਾਂ ਕਿ ਬਲਦੇਵ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਆਪਾਂ ਨੇ ਨਾਲ ਇੱਥੇ ਦੀ ਗੌਰਮੈਂਟ ਜਿਹੜਾ ਕਦੀ ਹੋਊਗਾ ਨਹੀਂ ਕਿਉਂਕਿ ਲੋਕਤੰਤਰ ਇੱਥੇ ਹੈ ਗੌਰਮੈਂਟ ਇਹ ਕਦੀ ਇੱਦਾਂ ਕਰਨਗੇ ਨਹੀਂ ਜੇ ਆਪਣੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਤੁਸੀਂ 200 ਗੈਸ ਚਲਾਉਂਦੇ ਹੋ 150 ਤੋਂ 200 ਦੇ ਨੇੜੇ ਹੋਣਾ ਜੇ ਤੁਹਾਡੇ ਤੋਂ ਸਾਰੇ ਗੈਸ ਖੋਹ ਲੈ ਜਾਣ ਤੁਹਾਨੂੰ ਪੇਪਰ ਕੈਂਸਲ ਕਰਕੇ ਗੌਰਮੈਂਟ ਕਹੇ ਇੰਡੀਆ ਨੂੰ ਭੇਜ ਦੇਣਾ ਤੁਹਾਡੇ ਤੇ ਮਨ ਤੇ ਕੀ ਗੁੱਸਾ ਹੋਊਗਾ ਹਾਂਜੀ ਬਰਾੜ ਸਾਹਿਬ ਥੈਂਕ ਯੂ ਤੁਹਾਡਾ ਜੀ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਇਹ ਬਰਾੜ ਸਾਹਿਬ ਅਸੀਂ ਜਿਹੜੇ ਦੇਸ਼ ਦੇ ਵਿੱਚ ਬੈਠੇ ਹਾਂ ਪਹਿਲਾਂ ਤਾਂ ਅਸੀਂ ਥੈਂਕਸ ਗਾਡ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਨੇ ਕੋਈ ਲਾਅ ਨੇ ਇਸੇ ਦੇਸ਼ ਨੇ ਅਸੀਂ ਦੇਖੋ ਇਹਨਾਂ ਨੂੰ ਪੰਜਾਬੀਆਂ ਨੇ 90% ਉੱਥੇ ਸ਼ਹਾਦਤਾਂ ਦੇ ਕੇ ਇਹਨਾਂ ਨੂੰ ਬ੍ਰਿਟਿਸ਼ ਦੇ ਗੋਰੇ ਭਗਤ ਸਿੰਘ ਵਰਗੀਆਂ ਸ਼ਹਾਦਤਾਂ ਦਿੱਤੀਆਂ ਸਾਰੇ ਪੰਜਾਬ ਨੇ 84% ਸ਼ਹਾਦਤਾਂ ਦੇ ਕੇ ਅਸੀਂ ਉਹ ਦੇਸ਼ 'ਚ ਗੋਰਿਆਂ ਨੂੰ ਕੱਢਿਆ ਅਸੀਂ ਸਾਰੇ ਪੰਜਾਬੀ ਕੱਢਣ ਦੇ ਵਿੱਚ ਅੱਗੇ ਸੀ ਹੁਣ ਦੇਖੋ ਅਸੀਂ ਉਹਨਾਂ ਨਾਲ ਹੀ ਉੱਥੇ ਗੁਲਾਮ ਹੋ ਗਏ ਸਗੋਂ ਉਹਦੇ ਨਾਲ ਚੰਗਾ ਸੀ ਇਹ ਮੋਦੀ ਸਰਕਾਰ ਨਾਲੋਂ ਅਸੀਂ ਉੱਥੇ ਗੁਲਾਮ ਹੀ ਚੰਗੇ ਸੀ ਅੰਗਰੇਜ਼ਾਂ ਦੇ ਕਿਉਂਕਿ ਉਹਨਾਂ ਦੀ ਕੋਈ ਸਹੂਲਤ ਆ ਹੀ ਉਹਨਾਂ ਸਾਡੇ ਦੇਸ਼ਾਂ ਦੇ ਵਿੱਚ ਵਧੀਆ ਕਾਲਜ ਯੂਨੀਵਰਸਿਟੀਆਂ ਖੋਲੀਆਂ ਇੱਥੇ ਦੇਖੋ ਜੀ ਅਸੀਂ ਬਰਾੜ ਸਾਹਿਬ ਅਸੀਂ ਬਿਜ਼ਨਸ ਖੋਲਦੇ ਹਾਂ ਕਿਸੇ ਵੀ ਅਸੀਂ ਕੋਈ ਬਿਜ਼ਨਸ ਲੈਣਾ ਉਹਦਾ ਪਰਮਿਟ ਲੈਣੇ ਅਸੀਂ ਸਿਟੀ 'ਚ ਜਾਈਦਾ ਸਾਡਾ ਥੈਂਕ ਯੂ ਮਿਸਟਰ ਸਿੰਘ ਕਹਿੰਦੇ ਆ ਸਾਨੂੰ ਪਰਮਿਟ ਦਿੰਦੇ ਆ ਜੋ ਵੀ ਪਲੈਨਿੰਗ ਡਰਾਇੰਗ ਸਾਡੇ ਕੋਲ ਕਰਾਉਂਦੇ ਪੂਰਾ ਉੱਥੇ ਬਣਦਾ ਫਿਰ ਆ ਕੇ ਸਾਡਾ ਰੇਬਨ ਕੱਟਦੇ ਆ ਅਤੇ ਨਾਲੇ ਕਹਿੰਦੇ ਥੈਂਕ ਯੂ ਤੁਸੀਂ ਸਿੱਖ ਲੋਕ ਸਾਡੇ ਬਹੁਤ ਵਧੀਆ ਸਾਡੇ ਸਿਟੀ ਦਾ ਨਾਂ ਰੋਸ਼ਨ ਕਰ ਰਹੇ ਹੋ ਜਿੱਦਾਂ ਇੰਡੀਅਨ ਐਪਲਸ ਤੁਸੀਂ ਦੇਖਿਆ ਜਦੋਂ ਅਸੀਂ ਇੱਥੇ ਆਏ ਸੀ 2000 ਦੇ ਵਿੱਚ ਪਹਿਲਾਂ 95 'ਚ ਉਦੋਂ ਇੱਥੇ ਕੀ ਮਾਹੌਲ ਸੀ ਸਿੱਖਾਂ ਨੇ ਆ ਕੇ ਇੰਨੇ ਬਿਜ਼ਨਸ ਇੱਥੇ ਖੋਲ੍ਹੇ ਕਿਉਂਕਿ ਸਿੱਖਾਂ ਨੂੰ ਫਟ ਸਾਡੇ ਚਰਚਾਂ ਗੁਰਦੁਆਰਿਆਂ 'ਚ ਪਹੁੰਚਦੇ ਨੇ ਸਾਡੀ ਸਪੋਰਟ ਕਰਦੇ ਨੇ ਨਾ ਕਿ ਸਾਡੇ ਕੋਲ ਬਿਜ਼ਨਸ ਖੋਲ੍ਹਦੇ ਨੇ ਸਾਨੂੰ ਕੋਈ ਚੀਜ਼ ਦੀ ਲੋੜ ਹੋਵੇ ਸਾਨੂੰ ਇੱਕਦਮ ਕੋਈ ਹਾਦਸਾ ਹੋਵੇ ਸਾਡੇ ਗੁਰਦੁਆਰਾ ਸਾਹਿਬ ਪਹੁੰਚਦੇ ਮੇਅਰ ਕੀ ਗਵਰਨਰ ਕੀ ਹੋਏ ਜੋ ਵੀ ਬੜੀ ਪਿਆਰ ਨਾਲ ਮਿਲਦੇ ਸਾਡੇ ਲੰਗਰ ਛਕਦੇ ਨੇ ਸੋ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਿੱਖ ਕਮਿਊਨਿਟੀ ਇੱਕ ਬੜੀ ਮਿਹਨਤ ਕਮਿਊਨਿਟੀ ਆ ਜਿਹੜੀ ਮਿਹਨਤੀ ਲੋਕ ਨੇ ਸਾਡੀ ਜੇ ਲਿਸਟ ਪੜ੍ਹੇ ਨਾ ਲਾਸਟ ਨੇਮ ਸਿੰਘ ਉਹ ਸਾਰੇ ਦੇਖਦੇ ਨੇ ਵੀ ਸਾਰੇ ਕੰਪਿਊਟਰ 'ਚ ਸਿੰਘਾਂ ਦੇ ਬਿਜ਼ਨਸ ਸਾਰੇ ਨਾਂ ਆ ਜਾਂਦੇ ਨੇ ਅਤੇ ਉਹ ਸਾਡੀ ਸਪੋਰਟ ਲਈ ਪਹੁੰਚਦੇ ਜਿੱਥੇ ਵੀ ਸਾਡੀ ਲੋੜ ਹੋਵੇ ਔਰ ਅੱਜ ਮੈਂ ਥੋੜ੍ਹਾ ਜਿਹਾ ਆਪਣੇ ਲੇਵਲ 'ਤੇ ਤੁਹਾਨੂੰ ਦੱਸਣਾ ਚਾਹੁੰਦਾ ਬਰਾੜ ਸਾਹਿਬ ਵੀ ਅੱਜ ਸਾਨੂੰ ਗੱਲਾਂ ਕਰਨ ਲਈ ਸਾਨੂੰ ਐਕਸ਼ਨ ਲੈਣ ਦੀ ਲੋੜ ਹੈ ਜਿੰਨੇ ਸਾਡੇ ਪੰਜਾਬੀ ਮੇਰੇ ਵੀਰ ਭੈਣਾਂ ਉੱਥੇ ਠੰਡ ਦੇ ਵਿੱਚ ਬੈਠੇ ਹੋਏ ਨੇ ਕਾਫੀ ਦਿਨ ਹੋ ਗਿਆ ਅਸੀਂ ਨਾ ਕਹੀਏ ਵੀ ਉਹਨਾਂ ਕੋਲ ਬੜੀ ਮਾਇਆ ਮੈਂ ਵੀਰਾਂ ਕੇ ਬੇਨਤੀ ਕਰਨਾ ਜਿੱਦਾਂ ਅਸੀਂ ਇੰਡੀਆਨਾ ਦੇ ਵਿੱਚ ਕਰ ਰਹੇ ਹਾਂ ਮਿਡ ਵੈਸਟ ਦੇ ਵਿੱਚ ਸਾਡੇ ਨਾਲ ਦਰਸ਼ਨ ਸਿੰਘ ਧਾਰੀਵਾਲ ਜੋ ਸਾਡੇ ਇਲਾਕੇ ਦੇ ਬੜੇ ਵੱਡੇ ਬਿਜ਼ਨਸਮੈਨ ਸੀ ਹੈਪੀ ਹੀਰ ਹੁਣ ਜਿੰਨੇ ਵੀ ਆਪਣੇ ਵਿਸਕਾਂਸਨ ਸਟੇਟ ਇਲਾਨੋਇਸ ਸਟੇਟ ਹਾਇਓ ਸਟੇਟ ਇੰਡੀਆਨਾ ਕੰਟਕੀ ਸੋ ਅਸੀਂ ਇਹ ਸਾਰੀਆਂ ਮਿਡ ਵੈਸਟ ਦੀਆਂ ਸਟੇਟਾਂ ਇਕੱਠੀਆਂ ਹੋ ਕੇ ਅਸੀਂ ਗਰੁੱਪ ਬਣਾਇਆ ਸੀ 5 ਕਮੇਟੀਆਂ ਕੀਤੀਆਂ ਫਿਰ ਉੱਥੇ ਕਾਫੀ ਮਾਇਆ ਇਕੱਠੀ ਕੀਤੀ ਅਸੀਂ ਵੀ ਅਸੀਂ ਜਾ ਕੇ ਉਹਨਾਂ ਵੀਰਾਂ ਨੂੰ ਸਾਥ ਦੇਈਏ ਹੌਸਲਾ ਵਧਾਈ ਕਰੀਏ ਅਸੀਂ ਹੁਣ ਸਾਰੇ ਇੱਥੋਂ ਗਰੁੱਪ ਬਣਾ ਕੇ ਜਾ ਰਹੇ ਹਾਂ ਇੰਡੀਆ ਪਹੁੰਚ ਰਹੇ ਹਾਂ ਉੱਥੋਂ ਅਸੀਂ ਸਾਰੇ ਆਪਣੇ ਪਿੰਡਾਂ ਦੇ ਵਿੱਚੋਂ ਬੱਸਾਂ ਕਰਕੇ ਬੱਸਾਂ ਦੇ ਵਿੱਚ ਬੰਦੇ 5-5 ਬੱਸਾਂ ਦੀ ਡਿਊਟੀ ਲੱਗੀ ਇੱਕ ਬੰਦੇ ਦੀ ਅਸੀਂ ਕਾਫੀ ਸਮੱਗਰੀ 'ਚ ਪੈਸਾ ਇਕੱਠਾ ਕੀਤਾ ਉੱਥੋਂ ਆਪਾਂ ਫਿਰ 5-5 ਬੰਦੇ ਕਰਾਂਗੇ ਜਿੱਦਾਂ 50 ਬੰਦੇ ਚੱਲੇ ਆ ਜਿੰਨੀਆਂ 50-60 ਬੱਸਾਂ ਆਉਣਗੀਆਂ ਉਹ ਸਾਰੇ ਇਕੱਠੇ ਹੋ ਕੇ ਜਦੋਂ ਇਹਨਾਂ ਨੇ ਦਿੱਲੀ ਦੇ ਵਿੱਚ ਰੈਲੀ ਕਰਨੀ ਹੈ ਜਦੋਂ ਦਿੱਲੀ ਦਾ ਆਪਣਾ ਮਨਾਉਣਾ 26 ਜਨਵਰੀ ਉਸ ਟਾਈਮ ਅਸੀਂ ਆਪਣੀਆਂ ਬੱਸਾਂ ਉਸ ਵਿੱਚ ਅਮੈਰੀਕਨ ਫਲੈਗ ਲਾ ਕੇ ਕਿਸਾਨਾਂ ਦਾ ਦੇ ਵਿੱਚ ਖਾਲਸਾ ਫਲੈਗ ਲਾ ਕੇ ਅਸੀਂ ਉਸ ਰੈਲੀ ਦੇ ਵਿੱਚ ਸ਼ਾਮਿਲ ਹੋਵਾਂਗੇ 50-100 ਬੱਸ ਲੈ ਕੇ ਇਹੀ ਸਾਡਾ ਫੈਸਲਾ ਮਿਡ ਵੈਸਟ ਦਾ ਮੈਂ ਦੂਜੇ ਵੀਰਾਂ ਨੂੰ ਜਿਹੜੇ ਆਸਟ੍ਰੇਲੀਆ ਅਮੈਰੀਕਾ ਕੈਨੇਡਾ ਵਿੱਚ ਸਾਰੇ ਬੈਠੇ ਆ ਅਸੀਂ ਇਹ ਮੈਮ ਨੂੰ ਢਿੱਲੇ ਨਹੀਂ ਪੈਣ ਦੇਣਾ ਅਸੀਂ ਸਾਰਿਆਂ ਨੇ ਰਲ ਕੇ ਇਹਨਾਂ ਦੀ ਹੁਣ ਸਪੋਰਟ ਕਰੀਏ ਬਾਰ-ਬਾਰ ਜਿਹੜਾ ਟਾਈਮ ਕੱਢ ਸਕਦਾ ਮੇਰਾ ਵੀਰ ਕੁਛ ਮਾਇਆ ਲੋਕ ਹੋਰ ਚੀਜ਼ਾਂ ਵੱਲੋਂ ਸੇਵਾ ਕਰ ਸਕਦਾ ਸਾਰੇ ਪਹੁੰਚਣਾ ਸ਼ੁਰੂ ਕਰੋ ਹੌਲੀ ਹੌਲੀ ਕੋਈ ਆਈ ਜਾਓ ਕੋਈ ਜਾਈ ਜਾਓ ਕਿਉਂਕਿ ਇਹ ਸੰਘਰਸ਼ ਬੜਾ ਲੰਬਾ ਹੈ ਜਿਹਦੇ ਚਿਰ ਅਸੀਂ ਜਿੱਤਿਆ ਨਹੀਂ ਅਸੀਂ ਪਿੱਛੇ ਨਹੀਂ ਹਟਣਾ ਅਮਿਤ ਸਾਨੂੰ ਸ਼ਹਾਦਤਾਂ ਦੇਣੀਆਂ ਪੈਣ ਅਸੀਂ ਦੇਣ ਨੂੰ ਤਿਆਰ ਹਾਂ
ਅਸੀਂ ਜੋ ਜ਼ਮੀਨਾਂ ਆਪਣੇ ਸਾਡੇ ਬਜ਼ੁਰਗਾਂ ਨੇ ਬਣਾਈਆਂ ਨੇ ਉਹ ਅਸੀਂ ਹੁਣ ਸਾਡੇ ਕੋਲ ਖੋਹ ਕੇ ਲੈ ਜਾਣ, ਬੜੀ ਮਾੜੀ ਗੱਲ ਹੈ। ਇੱਕ ਮਾਂ ਹੁੰਦੀ ਹੈ ਜ਼ਮੀਨ ਸਾਡੀ, ਅਸੀਂ ਕਿਸੇ ਨੂੰ ਜ਼ਮੀਨ ਕੋਈ ਵੇਚਣ ਲੱਗਾ ਕਹਿੰਦਾ ਇਨਸਾਨੀਅਤ ਜਿਹਨਾਂ ਆਉਂਦੀਆਂ ਕਹਿੰਦੇ ਮੇਰੀ ਮਾਂ ਹੈ ਇਹਨੂੰ ਵੇਚਣੀ ਨਹੀਂ ਹੈ। ਸੋ ਖਾਲਸਾ ਜੀ ਅੱਜ ਸਾਰਿਆਂ ਅੱਗੇ ਸੱਤ ਬਣ ਕੇ ਬੇਨਤੀ ਹੈ, ਆਪਾਂ ਜੋ ਆਪਣੇ ਆਪਣੇ ਗਰੁੱਪ ਬਣਾ ਕੇ ਇੰਡੀਆ ਦੇ ਵਿੱਚ ਬਾਹਰੋਂ ਵਾਰੀ ਭੇਜਣੇ ਸ਼ੁਰੂ ਕਰੀਏ, ਕਿਉਂਕਿ ਉਹ ਭਰਾਵਾਂ ਦੇ ਨਾਲ ਮਾਇਆ ਨੂੰ ਵੀ ਸਪੋਰਟ ਹੋਵੇ, ਨਾਲੇ ਉਹਨਾਂ ਨੂੰ ਨੋਟ ਬੈਠੇ ਹੌਸਲਾ ਹੋਵੇ ਵੀ ਸਾਡੇ ਵੀਰ ਬਾਹਰ ਆ ਗਏ। ਕਿਉਂਕਿ ਪੰਜਾਬ ਸਭ ਹੈ ਜੋ ਅੱਧਾ ਹੈਗਾ ਆਪਣੇ ਇੰਡੀਆ ਦੇ ਵਿੱਚ, ਜਿਹਨੂੰ 90% ਲੋਕ ਸਾਡੇ ਵਰਲਡ ਦੇ ਵਿੱਚ ਛਾਏ ਪਏ ਨੇ। ਤੁਸੀਂ ਅਮੈਰੀਕਾ ਕੈਨੇਡਾ ਵਿੱਚ ਜਾਓ, ਇੱਥੇ ਸ਼ਹਿਰਾਂ ਦੇ ਵਿੱਚ ਫਰੰਟ ਵਰਗੀਆਂ ਚ ਪੰਜਾਬੀ, ਉੱਥੇ ਜਾ ਕੇ ਏਦਾਂ ਲੱਗਦਾ ਵੀ ਗੋਰਾ ਪੰਜਾਬ ਦੇ ਵਿੱਚ ਹੈ, ਇੰਨੇ ਪੰਜਾਬੀ ਉੱਥੇ ਹੈ ਸ਼ਹਿਰਾਂ ਦੇ ਵਿੱਚ। ਤੇ ਉਹ ਸਾਰੀਆਂ ਗੌਰਮੈਂਟ US ਦੀ ਗੌਰਮੈਂਟ ਸਾਡੇ ਨਾਲ, ਅਮਰੀਕਾ ਦਾ, ਕੈਨੇਡਾ ਦੀ, ਆਸਟ੍ਰੇਲੀਆ ਦੀ, ਸਾਰੀ ਸਾਡੀ ਸਪੋਰਟ ਕਰ ਰਹੇ, ਕਿਉਂਕਿ ਖੜੇ ਆ ਅਸੀਂ ਸੱਚ ਤੇ ਖੜੇ ਹਾਂ। ਕਿਉਂਕਿ ਜੇ ਝੂਠੇ ਹੁੰਦੇ ਇਹਨਾਂ ਨੇ ਕਈ ਸਾਨੂੰ ਨਾ ਮਾਰੇ ਮਾੜੇ, ਨਾ ਖਾਲਿਸਤਾਨੀ ਕਹਿ ਕੇ, ਦੂਜੇ ਕਹਿ ਕੇ, ਇਹਨਾਂ ਨੇ ਸਾਨੂੰ ਕੋਈ ਅੱਤਵਾਦੀ ਕਹਿ ਕੇ ਕਰਦੇ ਸੀ, ਪਰ ਅਸੀਂ ਕੌਣ ਆ? ਅਸੀਂ ਕਿਸਾਨ, ਅਸੀਂ ਕਿਸਾਨ ਦੇ ਪੁੱਤਰ ਹਾਂ। ਮੇਰੇ ਬਾਪ ਇੱਥੇ 90 ਸਾਲ ਦੇ ਨੇ, ਤੁਹਾਨੂੰ ਪਹਿਲਾਂ ਆਇਆ, ਇਹ ਕਿਸਾਨੀ ਕਰਦੇ ਹਜੇ ਵੀ ਇੰਡੀਆ ਦੇ ਵਿੱਚ। ਇੱਥੇ ਸਾਨੂੰ 2 ਮਹੀਨੇ ਸਾਡੇ ਕੋਲ ਰਿਹਾ, ਜਾਂਦੇ ਫਿਰ ਇੰਡੀਆ ਜਾਂ ਉੱਥੇ, ਕਿਸਾਨ ਅਜੇ ਵੀ ਉੱਥੇ ਆਪਣੀ ਫਸਲ ਬੀਜ ਕੇ ਆਇਆ। ਸੋ ਅਸੀਂ ਬਰਾੜ ਸਾਹਿਬ, ਸਾਡੀ ਇਹੀ ਬੇਨਤੀ ਹੈ ਮਿਡ ਵੈਸਟ ਦੇ ਵਿੱਚ, ਅਸੀਂ ਸ਼ਾਇਦ 2-4 ਦਿਨਾਂ 'ਤੇ ਇੰਡੀਆ ਚਲੇ ਜਾਣਾ, ਅਤੇ ਸਾਰਿਆਂ ਵੀਰਾਂ ਅੱਗੇ ਬੇਨਤੀ ਹੈ, ਸਾਰੇ ਜੋ ਵਰਲਡ ਦੇ ਵਿੱਚ ਸੁਣਦੇ ਪਏ ਨੇ, ਇੱਕ ਹੱਥ ਪੈਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਚਲੋ ਉਹ ਚੱਲੀਏ ਉੱਥੇ, ਆਪਣੇ ਭਰਾਵਾਂ ਦਾ ਸਾਥ ਦੇਈਏ। ਕਿਉਂਕਿ ਅਸੀਂ ਜੇ ਆਪਣਾ ਅੱਜ ਪੰਜਾਬ ਨਾਲ ਬਚਾਇਆ, ਫਿਰ ਅਸੀਂ ਕਦੀ ਵੀ ਨਹੀਂ ਬਚਾ ਸਕਾਂਗੇ, ਕਿਉਂਕਿ ਮੁਸੀਬਤ ਬਹੁਤ ਵੱਡੀ ਪਈ ਹੈ। ਇਹ ਮੁਸੀਬਤ ਅਸੀਂ ਰਲ ਮਿਲ ਕੇ ਉਹਨੂੰ ਨਿਪਟੇ ਚਾੜੀਏ, ਸਾਨੂੰ ਜਾਨਾਂ ਵੀ ਦੇਣੀਆਂ ਪਈਆਂ, ਸ਼ਹਾਦਤਾਂ ਵੀ ਖਾਣ ਨੂੰ ਤਿਆਰ ਹਾਂ। ਕਿਉਂਕਿ ਜੋ ਸਾਨੂੰ, ਜੇ ਸਾਡਾ ਘਰ ਬਾਰ ਜਿਹੜੀ ਜ਼ਮੀਨਾਂ ਰਹੀਆਂ, ਅਸੀਂ ਉੱਥੇ ਜਲ ਕਦੇ ਕੋਲ ਜਾਵਾਂਗੇ। ਸੋ ਜੋ ਅਡਾਨੀ ਅਡਾਨੀ ਇਹ ਬੜੇ ਅਮੀਰ ਬੰਦੇ ਆ, ਪਹਿਲਾਂ ਹੀ ਇਲੈਕਸ਼ਨਾਂ 'ਚ ਮੋਦੀ ਨੂੰ ਖਰੀਦ ਲਿਆ ਸੀ, ਹੁਣ ਮੋਦੀ ਸਾਨੂੰ ਵੇਚਣ ਲੱਗਾ ਅਡਾਨੀਆਂ ਬਾਨੀਆਂ ਕੋਲ। ਪਰ ਇਹਨਾਂ ਨੂੰ ਪਤਾ ਨਹੀਂ ਹੈਗੇ, ਗੋਬਿੰਦ ਸਿੰਘ ਜੀ ਦੀ ਲਾ ਦਾ ਅਸੀਂ ਚੱਕ ਫੱਟੇ ਦੇਈਦੇ, ਜਿਹੜਾ ਬੰਦਾ ਫੁੱਲੇ ਗਏ ਚੱਕੇ, ਤੁਹਾਨੂੰ ਪਤਾ ਨਹੀਂ ਹੈਗਾ ਜਿਸੇ ਵੀ ਕੀਤੀ ਉਹਦਾ ਅਸੀਂ ਬਦਲਾ ਲਿਆ, ਤੇ ਅਸੀਂ ਬਦਲਾ ਲਾਂਗੇ। ਸਾਡੇ ਕੋਈ ਕੈਰ ਕਰੇਗਾ ਮੋਦੀ ਜਾਂ ਕੋਈ ਸਾਡੇ ਉੱਤੇ ਅਟੈਕ ਕਰੇਗਾ, ਸੋ ਅਸੀਂ ਉਸਦਾ ਬਦਲਾ ਠੋਕ ਕੇ ਡਟ ਕੇ ਦੇਵਾਂਗੇ, ਕਿਉਂਕਿ ਸਿੰਘ ਦਿੰਦੇ ਆਏ ਨੇ ਮੁਕਾਬਲਾ। ਇਹ ਪਤਾ ਲੱਗ ਜਾ ਦੁਨੀਆਂ ਨੂੰ, ਸਾਡੇ ਵਰਲਡ ਦੇ ਡੈਮੋਸਟ੍ਰੇਸ਼ਨ ਕੱਢੀ, ਜਿੱਥੇ ਆਪਾਂ ਸਾਰੇ ਬੱਸਾਂ ਦੇ ਵਿੱਚ, ਆਪਾਂ ਸ਼ਹਿਰ ਦੇ ਦੁਆਲੇ ਕਾਰਾਂ ਨੂੰ ਘੁੰਮੇ, ਉਰੇ ਸਾਡੀਆਂ ਫੋਟੋ ਔਰ ਹੱਥ ਖੜੇ ਕਰਦੇ ਸੀ, ਇਹ ਵੀ ਫਾਰਮ ਸਾਡੀ ਸਟੇਟ ਫਾਰਮ ਹੈ। ਇਹ ਗੋਰੇ ਸਾਰੇ ਵਰਲਡ ਵਿੱਚ ਪਤਾ ਲੱਗ ਗਿਆ ਵੀ ਪੰਜਾਬ ਇੰਡੀਆ ਦੇ ਵਿੱਚ, ਇੰਡੀਆ ਦੇ ਫਾਰਮਰਾਂ ਨੂੰ ਬਹੁਤ ਵੱਡੀ ਟ੍ਰਬਲ ਆਈ ਹੈ, ਸਾਰੇ ਸਾਡੇ ਨਾਲ ਸਹਿਮਤ ਆ, ਉਹ ਸਾਡੇ ਨਾਲ ਜਾਣ। ਕਈ ਗੋਰੇ ਮੇਰੇ ਜਿਹੜੇ ਨਾਲ ਬਿਜ਼ਨਸ ਪਾਰਟਨਰ ਨੇ, ਉਹ ਪੰਜਾਬ ਦੇ ਵਿੱਚ ਸਾਡੇ ਨਾਲ ਜਾਣ ਨੂੰ ਤਿਆਰ ਨੇ। ਸੋ ਖਾਲਸਾ ਜੀ, ਫਾਰਮਰ ਜਿਹੜਾ ਹੈ ਮਿਹਨਤੀ ਲੋਕ ਹੁੰਦਾ, ਸਾਰੇ ਦੇਸ਼ ਮਿਹਨਤ ਕਰਕੇ ਆਪਣਾ ਜੋ ਹੈ ਉਹਨਾਂ ਦੇ ਰੋਟੀ ਪਾਣੀ ਖਾਣ ਦਾ ਸਾਰਾ ਸਮਾਨ ਉਹ ਜੋ ਪਹੁੰਚਾਉਂਦੇ ਆ, ਕਿਉਂਕਿ ਅਬ ਸਾਨੂੰ ਪਤਾ 80% ਸਮਾਨ ਜੋ ਆਪਣਾ ਖਾਣਾ ਦਾ ਜੋ ਅਨਾਜ ਉਹ ਪੰਜਾਬ ਦੇ ਸਾਰੇ ਇੰਡੀਆ ਦੇ ਵਿੱਚ ਜਾਂਦਾ। ਸੋ ਹਰ ਵੇਲੇ ਅਸੀਂ ਇਹਨਾਂ ਦਾ, ਇੰਡੀਅਨ ਗੌਰਮੈਂਟ ਸਾਡੀ ਗੌਰਮੈਂਟ ਹੈ ਜੀ, ਉਹਦਾ ਸਾਥ ਦਿੰਦੇ ਹਾਂ ਜੀ। ਸਾਨੂੰ ਇਹ ਵੱਖਰਾ ਕਰਨ ਨੂੰ ਚਾਹੁੰਦੇ, ਪਰ ਨਹੀਂ, ਸਾਡਾ ਦੇਸ਼ ਹੀ ਅਸੀਂ ਉੱਥੇ ਰਹਿਣਾ, ਉੱਥੇ ਜੰਮੇ ਉੱਥੇ ਰਹਾਂਗੇ। ਸੋ ਖਾਲਸਾ ਜੀ, ਅੱਜ ਆਪਾਂ ਜੋ ਜਸ ਪੰਜਾਬੀ 'ਤੇ ਪਹੁੰਚੇ ਹਾਂ, ਇਹ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਦੂਜਾ ਆਪਣੇ ਤੁਹਾਨੂੰ ਭਾਗ ਲਾਏ ਨੇ, ਗੱਲ ਕੱਢਿਆ ਵੀ ਉੱਥੇ ਜਾ ਕੇ ਜਿੰਨੇ ਜਿੰਨੇ ਰੋਜ਼ ਕੱਢਿਆ ਕਰੋ, ਸਵੇਰੇ ਉੱਠ ਕੇ ਸਾਰੀ ਸੇਵਾ ਕਰੋ, ਇਹ ਲੱਗੇ ਨੇ। ਪਰ ਇਹ ਲੰਮਾ ਸਫ਼ਰ, ਫਿਰ ਮਾਇਆ ਖਤਮ ਨਹੀਂ ਕਰਨਾ ਦੇ ਵਿੱਚੋਂ ਜਾਣ ਦੀ। ਸੋ ਕੁਛ ਚਲੇ ਵੀ ਗਏ ਨੇ, ਥੋੜੇ ਜਿਹੇ ਜਾ ਰਹੇ, ਨਾ ਅੱਗੇ ਨਹੀਂ ਜਾਣਾ। ਸੋ ਤੁਸੀਂ ਵੀ ਕੋਸ਼ਿਸ਼ ਕਰੋ ਸਾਰੇ ਵੀਰ ਆਪਣੇ ਇੰਡੀਆ ਪਹੁੰਚਣ ਦੀ, ਅਸੀਂ ਉਹਨਾਂ ਨੂੰ ਭਰਾਵਾਂ ਦੇ ਨਾਲ ਡਟ ਕੇ ਸਾਥ ਦਈਏ। ਸੋ ਇਸੇ ਨਾਲ ਹੀ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਹੀ ਗੱਲਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰਹੂਗਾ। ਜਿਸ ਤਰ੍ਹਾਂ ਸਰਦਾਰ ਸੱਲਾ ਸਾਹਿਬ ਨੇ ਦੱਸਿਆ ਕਿ ਉਹ ਗਰੁੱਪ ਬਣਾ ਕੇ ਜਾ ਰਹੇ ਨੇ, ਦੇਖੋ ਇਹ ਇੱਕ ਦੁੱਖ ਹੈ ਜੋ ਇਕੱਲੇ ਇਕੱਲੇ ਪੰਜਾਬੀ ਨੂੰ ਦੁੱਖ ਹੈ, ਉਹ ਜਿਹੜੀ ਮਰਜ਼ੀ ਕੰਟਰੀ ਵੀ ਥਾ ਉਹਨੂੰ ਉਹ ਦੁੱਖ ਹੈ। ਦੁੱਖ ਵੀ ਇਸ ਗੱਲ ਦਾ ਕਿ ਜੇ ਉਹਨਾਂ ਦੀ ਜ਼ਮੀਨ ਖੋਈ ਜਾਊਗੀ ਜਾਂ ਇੱਥੋਂ ਕਿਸੇ ਦਾ ਆਪਣਾ ਕੁਛ ਖੋਇਆ ਜਾਵੇ, ਆਪਾਂ ਨੂੰ ਵੀ ਦੁੱਖ ਹੋਣਾ, ਆਪਾਂ ਵੀ ਉਨਾ ਹੀ ਤੜਫਣਾ। ਅਤੇ ਇਸੇ ਕਰਕੇ ਇਹ ਜਿਹੜਾ ਮਾਮਲਾ ਬੜਾ ਗੰਭੀਰ ਹੈ, ਇਹ ਜਿਹੜੀ ਸਰਕਾਰ ਨਹੀਂ ਧਿਆਨ ਦੇ ਰਹੀ, ਕਿਉਂ ਨਹੀਂ ਦੇ ਰਹੀ? ਪਰ ਆਪਣੇ ਵਿੱਚ ਜਿਹੜੇ ਸੀਨੀਅਰ
ਮੈਂਬਰ ਐਸਸੀਪੀ ਦੇ ਜੁੜੇ ਨੇ, ਆਪਾਂ ਉਹਨਾਂ ਨੂੰ ਇੱਕ ਕੁਐਸਚਨ ਜ਼ਰੂਰ ਹੋਰ ਪੁੱਛਾਂਗੇ ਕਿ ਸਰਦਾਰ ਤਾਰਾ ਸਿੰਘ ਜੀ, ਤੁਸੀਂ ਕਾਫੀ ਸਮੇਂ ਤੋਂ ਐਸਸੀਪੀ ਦੇ ਮੈਂਬਰ ਹੋ ਤੇ ਤੁਸੀਂ ਅਕਾਲੀ ਜਿਹੜੀ ਪਾਰਟੀ ਆ ਉਹਦੇ ਨਾਲ ਰੱਖਦੇ ਹੋ, ਤੇ ਆਪਾਂ ਗੱਲ ਕਰਾਂਗੇ ਕਿ ਜਦੋਂ ਸੱਤਾ 'ਚ ਆ ਜਾਂਦੇ ਆ ਜਾਂ ਅਕਾਲੀ ਹੋ ਗਏ ਜਾਂ ਕਾਂਗਰਸੀ ਹੋ ਗਏ, ਇਹ ਸਾਰਿਆਂ ਦਾ ਸੁਭਾਅ ਕਿਉਂ ਬਦਲਦਾ, ਤੇ ਇਹਦੇ ਬਦਲਦੇ ਸੁਭਾਅ ਦੇ ਨਾਲ ਇਹਨਾਂ ਨੂੰ ਜਿਹੜਾ ਹੁਣ ਆ ਉਹ ਕੀ ਕਰਨਾ ਚਾਹੀਦਾ ਸੀ? ਆਪਾਂ ਇਸੇ ਕਰਕੇ ਜਿਹੜੇ ਲੈ ਕੇ ਆਏ ਆ ਆਪਣੇ ਸੀਨੀਅਰ ਐਸਸੀਪੀ ਦੇ ਮੈਂਬਰ ਸਰਦਾਰ ਤਾਰਾ ਸਿੰਘ ਸੱਲਾਂ, ਜਿਹਨਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡਾ ਬੜਾ ਵੱਡਾ ਪਰਿਵਾਰ ਹੈ, ਪਰ ਹੁਣ ਜਿਹੜਾ ਸਮਾਂ ਆ ਉਹ ਬੜਾ ਬਲਵੰਤ ਆ, ਉਹ ਭੱਜਾ ਜਾਂਦਾ, ਸਮਾਂ ਕਿਸੇ ਨੂੰ ਰੋਕ ਨਹੀਂ ਸਕਦਾ। ਬ੍ਰੇਕ, ਸਮਾਂ ਇੱਕ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਦਿਓ ਇੱਕ ਬ੍ਰੇਕ, ਹੁਣੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ। ਮੈਂ ਫਿਰ ਹਾਜ਼ਰ ਹਾਂ ਇੱਕ ਬ੍ਰੇਕ ਤੋਂ ਬਾਅਦ, ਆਪਣਾ ਇਹੀ ਪ੍ਰੋਗਰਾਮ ਕਮਿਊਨਿਟੀ ਕਨੈਕਟ ਲੈ ਕੇ ਜਸ ਟੀਵੀ ਦੇ ਥਰੂ ਆਪਾਂ ਕਮਿਊਨਿਟੀ ਦੀਆਂ ਗੱਲਾਂ ਹੀ ਕਰਨੀਆਂ ਨੇ, ਤੇ ਜਿਸ ਤਰ੍ਹਾਂ ਆਪਾਂ ਪਹਿਲੋਂ ਗੱਲ ਜਾਰੀ ਸੀ ਕਿ ਸਾਡੇ ਨਾਲ ਐਸਸੀਪੀ ਦੇ ਸੀਨੀਅਰ ਮੈਂਬਰ ਸਰਦਾਰ ਤਾਰਾ ਸਿੰਘ ਜੀ ਸੱਲਾਂ ਜੁੜੇ ਹੋਏ ਨੇ, ਜਿਹੜਾ ਮੇਰੇ ਮਨ ਦੇ ਵਿੱਚ ਕੁਐਸਚਨ ਹੈ ਮੈਂ ਜ਼ਰੂਰ ਇਹਨੂੰ ਪੁੱਛਣਾ ਚਾਹਾਂਗਾ, ਕਿਉਂਕਿ ਮੇਰੇ ਮਨ ਦਾ ਜਿਹੜਾ ਬੁਲਬਲਾ ਹੈ ਕਿ ਇਹ ਲੀਡਰਸ਼ਿਪ ਸਾਰਾ ਕੁਛ, ਕਿ ਅਸੀਂ ਜਦੋਂ ਵੋਟਾਂ ਚਾਹੀਦੀਆਂ ਅਸੀਂ ਜੁੜਦੇ ਹਾਂ, ਵੋਟਾਂ ਪੈ ਜਾਂਦੀਆਂ ਸਾਡੀ ਸੱਤਾ 'ਚ ਵਿੱਚ ਅਸੀਂ ਆ ਜਾਂਦੇ ਹਾਂ, ਸੱਤਾ ਦੇ ਵਿੱਚ ਆ ਕੇ ਜਦੋਂ ਹੁਣ ਪਬਲਿਕ 'ਤੇ ਜਿਹੜੇ ਆਮ ਰਹਿਣ ਵਾਲੇ ਇੰਡੀਆ ਦੇ ਵਸਿੰਦੇ ਉਹਨਾਂ 'ਤੇ ਭੀੜ ਪਈ, ਇਹ ਲੀਡਰ ਜਿਹੜੇ ਆ ਇਹ ਕਿਉਂ ਨਹੀਂ ਮੂਹਰੇ ਆ ਰਹੇ, ਜਾਂ ਜਿਹੜੇ ਇਹਨਾਂ ਨੂੰ ਕੀ ਕਰਨਾ ਚਾਹੀਦਾ, ਆਪਾਂ ਸਰਦਾਰ ਤਾਰਾ ਸਿੰਘ ਨਾਲ ਪੁੱਛਾਂਗੇ। ਤਾਰਾ ਸਾਹਿਬ ਜੀ, ਜੇ ਸੱਤਾ 'ਚ ਆ ਗਏ, ਸਾਰਾ ਕੁਛ ਹੋ ਗਿਆ, ਲੀਡਰ ਬਣ ਗਏ, ਹੁਣ ਜਦੋਂ ਮੁਸੀਬਤ ਕਿਸਾਨੀ 'ਤੇ, ਇਹ ਲੀਡਰਾਂ ਨੂੰ ਖਾਲੀ ਲੀਡਰਸ਼ਿਪ ਛੱਡ ਕੇ ਕਿਸਾਨਾਂ ਨੂੰ ਜਾਣਾ ਚਾਹੀਦਾ? ਮੈਂ ਇਹੋ ਹੀ ਬੇਨਤੀ ਕਰਨਾ ਸਾਰੇ ਪਾਰਟੀਆਂ ਦੇ ਲੀਡਰਾਂ ਅੱਗੇ, ਚਾਹੇ ਉਹ ਆਮ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਕਮਿਊਨਿਸਟ ਹੋਣ, ਕੋਈ ਵੀ ਪਾਰਟੀ ਜਨਸੰਘੀ ਹੋਣ, ਸਾਰਿਆਂ ਨੂੰ ਇੱਕਮੁੱਠ ਹੋ ਕੇ ਇਹ ਜ਼ਮੀਨ ਨੂੰ ਬਚਾਉਣ ਲਈ, ਜ਼ਿਮੀਂਦਾਰਾਂ ਨੂੰ ਬਚਾਉਣ ਲਈ, ਕਿਸਾਨਾਂ ਨੂੰ ਬਚਾਉਣ ਲਈ, ਜੋ ਪੜ੍ਹੇ ਲਿਖੇ ਕਿਸਾਨ ਅੱਜ ਸੜਕਾਂ 'ਤੇ ਬੈਠੇ ਨੇ, ਜਿਨ੍ਹਾਂ ਨੂੰ ਪਤਾ ਹੈ ਸਾਡਾ ਭਵਿੱਖ ਇਸ ਕਾਨੂੰਨ ਦੇ ਨਾਲ ਖਤਮ ਹੋ ਜਾਏਗਾ, ਸਾਡੀਆਂ ਜ਼ਮੀਨਾਂ ਜਾਂਦੀਆਂ ਰਹਿਣਗੀਆਂ, ਸਾਡੀਆਂ ਇੱਕ ਵਪਾਰੀ ਆਏਗਾ ਜੋ ਉਹਦੀ ਮਰਜ਼ੀ ਹੈ, ਅਸੀਂ ਜਿਣਸ ਮੰਡੀ ਲੈ ਕੇ ਜਾਂਦੇ ਹਾਂ ਪਕਾ ਕੇ, ਘੇਰ ਲੱਗਾ ਹੁੰਦਾ, ਉਹ ਵਪਾਰੀ ਆਉਂਦਾ, ਉਹਨੇ ਆਪਣੀ ਮਰਜ਼ੀ ਦਾ ਭਾਅ ਲੈਣਾ ਜੀ, ਇਹ ਗਿੱਲੀ ਆ ਜੀ, ਇਹ ਅਜੇ ਇਹ 'ਚ ਨਵੀਂ ਹੈ, ਸੋ ਉਹਨੇ ਆਪਣੇ ਅਡਾਨੀ ਮਾਨੀ ਦੇ ਜਿਹੜੇ ਵਪਾਰੀ ਆਉਣੇ ਨੇ ਧਨਾੜ, ਜਦੋਂ ਗੌਰਮੈਂਟ ਹੀ ਵਿੱਚੋਂ ਹਟ ਗਈ, ਉਹਨਾਂ ਨੇ ਆਪਣੀ ਮਰਜ਼ੀ ਦਾ ਭਾਅ ਲਾਉਣਾ। ਸੋ ਕਿਸਾਨ ਨੂੰ ਉਹਦਾ ਜਿਹੜੀ ਖਰਚ ਆਉਂਦਾ ਉਪਜ ਦੇ, ਖਾਦਾਂ ਦਾ, ਤੇਲ ਦਾ, ਵਹਾਈ ਦਾ, ਕਟਾਈ ਦਾ, ਸ਼ਹਿਰ ਲਿਜਾਣ ਦਾ, ਢੁਆਈ ਢੋਆ ਢੁਆਈ ਦਾ, ਉਹ 2-2.5-3 ਕਿੱਲੇ ਦਾ ਜਿਹੜਾ ਮਾਲਕ ਹੈ ਉਹ ਕਿੱਥੇ ਲੈ ਜਾਏਗਾ ਆਪਣੀ ਜ਼ਮੀਨ, ਆਪਣੀ ਜਿਣਸ ਨੂੰ ਵੇਚਣ ਵਾਸਤੇ, ਜੇ ਅੱਜ ਕੱਲ੍ਹ ਵੀ ਆਪਣੀ ਜਿੱਥੇ ਮਰਜ਼ੀ ਵੇਚ ਸਕਦਾ ਜਾ ਕੇ, ਜੋ ਆਪਣੀ ਮਰਜ਼ੀ ਦਾ ਭਾਅ ਲੈ ਸਕਦਾ, 2-3 ਕਿੱਲੇ ਦਾ ਮਾਲਕ ਤਾਂ ਕਰਦਾ ਨਹੀਂ ਲੈਂਦਾ ਆੜਤੀ ਦਾ, ਜੇ ਆੜਤ ਵਿੱਚੋਂ ਖਤਮ ਹੋ ਗਈ, ਆੜਤੀ ਖਤਮ ਹੋ ਗਏ, ਜ਼ਿਮੀਂਦਾਰ ਕਿੱਥੇ ਜਾਏਗਾ? ਆੜਤੀ ਜਿਹੜੇ ਗਰਦਾਂ ਕਰਦੇ ਨੇ ਜ਼ਿਮੀਂਦਾਰਾਂ ਦੀਆਂ, ਖਾਦਾਂ ਵਾਸਤੇ ਪੈਸੇ ਦਿੰਦੇ, ਤੇਲ ਵਾਸਤੇ ਪੈਸੇ ਦਿੰਦੇ ਆ, ਬਿੱਲਾਂ ਵਾਸਤੇ ਜੋ ਬਿਜਲੀ ਦੇ ਬਿੱਲ ਉਹਨਾਂ ਵਾਸਤੇ ਪੈਸੇ ਦਿੰਦੇ ਆ, ਸੋ ਭੱਜ ਟੁੱਟ ਵਾਸਤੇ ਪੈਸੇ ਦਿੰਦੇ ਆ ਜ਼ਿਮੀਂਦਾਰ ਨੂੰ, ਉਹ ਕਰਜ਼ਾਈ ਹੁੰਦੇ ਨੇ ਜਿਹੜੇ ਜ਼ਿਮੀਂਦਾਰ ਨੇ ਆੜਤੀਆਂ ਦੇ, ਸਰਮਾਏਦਾਰਾਂ ਦੇ। ਸੋ ਜੇ ਵੱਡੇ ਸਮੇਂ ਸਰਮਾਏਦਾਰ ਆਏ, ਉਹਨਾਂ ਨੂੰ ਪੂਰਾ ਭਾਅ ਹੀ ਨਾ ਮਿਲਿਆ, ਆੜਤ ਵਿੱਚੋਂ ਹਟ ਗਈ, ਉਹਨਾਂ ਨੂੰ ਕਰਜ਼ਾ ਕਿੱਥੋਂ ਮਿਲੇਗਾ? ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚੋਂ ਵੀ ਕਰਜ਼ਾਈ ਨੇ ਬਹੁਤ ਸਾਰੇ ਜ਼ਿਮੀਂਦਾਰ ਜਿਨ੍ਹਾਂ ਨੇ ਖਾਦਾਂ ਲਈਆਂ ਨੇ, ਸੋ ਉਹਨਾਂ ਦੇ ਕਰਜ਼ੇ ਹੀ ਨਹੀਂ ਲੱਥ ਨੇ। ਸੋ ਮੋਦੀ ਜੀ, ਤੁਹਾਨੂੰ ਜ਼ਿਮੀਂਦਾਰਾਂ ਦਾ ਪਤਾ ਨਹੀਂ, ਜ਼ਿਮੀਂਦਾਰ ਕਿੰਨਾ ਗਰੀਬ ਹੋ ਚੁੱਕਾ ਹੈ, ਕਿੰਨਾ ਕੁਚਲਿਆ ਹੈ ਜ਼ਿਮੀਂਦਾਰ, ਗਰੀਬ ਜਿਹੜੇ ਹੋਰ ਗਰੀਬ ਹੁੰਦੇ ਜਾ ਰਹੇ ਨੇ। ਸੋ ਉਹਨਾਂ ਦੇ ਜ਼ਮੀਨਾਂ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੋ, ਇਹਨਾਂ ਵੱਡੇ ਵੱਡੇ ਧਨਾਡਾਂ ਨੂੰ ਨਾ ਦਿਓ ਜ਼ਮੀਨਾਂ ਦੀਆਂ, ਬੜੀ ਮਿਹਨਤਾਂ ਦੇ ਨਾਲ ਜ਼ਮੀਨਾਂ ਬਣਾਈਆਂ ਉਹਨਾਂ ਨੇ, ਬਜ਼ੁਰਗਾਂ ਤੋਂ ਲੈ ਕੇ ਜ਼ਮੀਨਾਂ ਚੱਲਦੀਆਂ ਆ ਰਹੀਆਂ ਨੇ, ਗਾਂ ਤੂਗਾਂ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਨੇ ਬੜੇ ਸੂਝਵਾਨ ਸੀ, ਸਨ ਵਿਆਸਕੀ ਦੇ ਵਿੱਚ ਜਦੋਂ ਮੋਰਚਾ ਲੱਗਾ ਸੀ ਵੱਧ ਅਧਿਕਾਰਾਂ ਦਾ, ਜੇ ਸਟੇਟਾਂ ਨੂੰ ਵੱਧ ਅਧਿਕਾਰ ਮਿਲ ਜਾਂਦੇ ਤਾਂ ਮੋਦੀ ਜੀ ਤੁਸੀਂ ਇਹ ਕਾਨੂੰਨ ਨਾ ਬਣਾਉਂਦੇ। ਅੱਜ ਵੀ ਮੰਗ ਹੈ ਕਿ ਸਟੇਟਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਜਾਂ ਸਟੇਟ ਜਿਹੜੀ ਆਪਣਾ ਫੈਸਲਾ ਆਪ ਕਰ ਸਕੇ, ਆਪਣੀ ਜੋ ਪੈਦਾਵਾਰ ਕਰਦੀ ਹੈ ਉਹਦਾ ਫੈਸਲਾ ਆਪ ਕਰ ਸਕੇ। ਅਸੀਂ ਮੋਰਚਾ ਲਾਏ ਸਨ 82 ਦੇ ਵਿੱਚ, ਬਹੁਤ ਸਾਰਾ ਪੰਜਾਬ ਸਾਰਾ ਜੇਲ੍ਹਾਂ ਭਰ ਗਈਆਂ ਸੀ, ਤੁਸੀਂ ਅਟੈਕ ਕਰਕੇ ਸਾਰੀਆਂ ਸਾਡਾ ਹਰਿਮੰਦਰ ਸਾਹਿਬ ਢਾਹ ਦਿੱਤਾ। ਸੋ ਪੰਜਾਬ ਨੂੰ ਕਸਿਆਰੇ ਬਣਾਉਣਾ ਚਾਹੁੰਦੀ ਹੈ ਪੰਜਾਬੀਓ, ਕਿਸੇ ਪਾਰਟੀ ਦੇ ਵੀ ਹੋ, ਸਾਰੇ ਇਕੱਠੇ ਹੋ ਜਾਓ, ਹਰਿਆਣੇ ਵਾਲਿਓ ਤੁਸੀਂ ਵੀ ਸਾਡੇ ਪੰਜਾਬੀ ਪੰਜਾਬ ਦਾ ਹਿੱਸਾ,
सारे हिंदुस्तान के जड़े जिम्मेदार ने सारे कट्ठे होके एक आवाज उठाओ ता जो ये काले कानून जेडे जमीन बच सकन काले कानून जेडे वो खत्म हो सकन। सो जिम्मेदार भरावो जिन्होंने दिल्ली जाके मोर्चे लाए अं बहुत बहुत धन्यवाद करने तुहाडा डटे रहो असी भी तुहाडी मदद वास्ते आ रहे हैं। तो मैं जस पंजाबी का फिर दोबारा बहुत बहुत धन्यवाद करना जड़ा कि सारे मुल्क जिम्मेदारा की आवाज़ उठा रहा है। मैं इन्होंने शब्दों नाल धन्यवाद करता हुआ खिमा दा जाचका वाहेगुरु जी का खालसा वाहेगुरु जी की फतेह। इसे तरह तुसी देख रहे हो ਆਪਾਂ ਫਿਰ 2 ਮਿੰਟ ਲਈ ਕੁਇਕ ਜਲਦੀ ਲਈ ਜੁੜਾਂਗੇ ਬਲਦੇਵ ਭਾਜੀ ਨਾਲ ਕੋ ਬੈਠੇ ਬੈਠੇ ਇੱਕ ਮਨ ਦੇ ਵਿੱਚ ਗੱਲ ਆ ਗਈ ਤੇ ਆਪਾਂ ਉਹ ਗੱਲ ਬਲਦੇਵ ਭਾਜੀ ਨਾਲ ਜੂ ਸ਼ੇਅਰ ਕਰਾਂਗੇ ਤੇ ਬਲਦੇਵ ਭਾਜੀ ਮਾਈਕ ਲੈ ਲਓ ਤੇ ਸੱਲਾ ਸਾਹਿਬ ਇੱਕ ਛੋਟਾ ਜਿਹਾ ਕੁਐਸਚਨ ਤੁਹਾਨੂੰ ਆ ਵੀ ਤੁਸੀਂ ਜਿੱਦਾਂ ਦੱਸਿਆ ਕਿ ਹੁਣ ਆਪਾਂ ਇਕੱਠੇ ਹੋ ਕੇ ਜਾਵਾਂਗੇ ਇੰਡੀਆ ਜਾਣ ਨੂੰ ਤੁਸੀਂ ਤਿਆਰ ਹੋ ਤੁਸੀਂ ਕਾਫੀ ਆਲੇ ਦੁਆਲੇ ਨਾਲ ਸੰਗਠਨ ਕਰ ਲਿਆ ਉਹਦੇ ਵਿੱਚ ਆਪਾਂ ਨੂੰ ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਕੁਛ ਬੀਜੇ ਦੀਆਂ ਮੁਸ਼ਕਲਾਂ ਜਿਹੜੇ ਬੀਜੇ ਕੈਂਸਲ ਕੀਤੇ ਹੋਏ ਆ ਜਿਹੜੇ ਪੁਰਾਣੇ ਬੀਜੇ ਸੀਗੇ ਇਮੀਗ੍ਰੇਸ਼ਨ ਦੇ ਉਹ ਨਹੀਂ ਕੈਂਸਲ ਕੀਤੇ ਹੋਏ ਗਵਰਨਮੈਂਟ ਨੇ ਤੇ ਉਹਦੇ ਬਾਰੇ ਤੁਸੀਂ ਕੁਛ ਸੋਚਿਆ ਕਿ ਉਹ ਆਪਾਂ ਕਿੱਦਾਂ ਲਵਾਵਾਂਗੇ ਜੇ ਗਰੁੱਪ ਬਣ ਕੇ ਜਾ ਰਹੇ ਕੀ ਕਰਾਂਗੇ ਕੀ ਖਿਆ ਵਿਚਾਰ ਹੈ ਤੁਹਾਡਾ ਇਹ ਬਰਾੜ ਸਾਹਿਬ ਅਸੀਂ ਪਹਿਲਾਂ ਹੀ ਅਰੇਂਜਮੈਂਟ ਕਰ ਲਿਆ ਸੀ ਮੈਸੀ ਵਾਲਿਆਂ ਨੂੰ ਪੁੱਛ ਲਿਆ ਸੀ ਉਹਨਾਂ ਨੇ ਸਾਨੂੰ ਕਿਹਾ ਠੀਕ ਹੈ ਤੁਹਾਨੂੰ ਬੀਜੇ ਦੇ ਦੇਵਾਂਗੇ ਸਾਡੇ ਕੋਈ ਦੋਸਤ ਨੇ ਉਹਨਾਂ ਨੂੰ ਜਾਣ ਪਛਾਣ ਹੈਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਉਹ ਧਰਨੇ ਲਈ ਜਾ ਰਹੇ ਤੇ ਉਹ ਜਾ ਸਕਦੇ ਨੇ ਅਸੀਂ ਤੁਹਾਡੇ ਵੀਜ਼ੇ ਇਸ਼ੂ ਹੋ ਗਏ ਨੇ ਸਾਡੇ ਆਲਰੇਡੀ ਵੀਜ਼ੇ ਜਿੰਨੇ ਪਹਿਲਾਂ ਅੱਧੇ ਪਾਸਪੋਰਟ ਸਾਨੂੰ ਮਿਲ ਗਏ ਵੀਜ਼ੇ ਸ਼ਿਕਾਗੋ ਤੋਂ ਲੱਗੇ ਨੇ ਅੱਧੇ ਬਾਅਦ ਦੇ ਵਿੱਚ ਕਹਿੰਦੇ ਉਹ ਅੱਜ ਭਲਕੇ ਮਿਲ ਜਾਣੇ ਆ ਕਿਉਂਕਿ ਇਹ ਧਰਨਾ ਬੜਾ ਪੀਸਫੁਲ ਚੱਲ ਰਿਹਾ ਨਾ ਕੋਈ ਉੱਥੇ ਕੋਈ ਲੜਾਈ ਝਗੜਾ ਹੋ ਰਿਹਾ ਨਾ ਅਸੀਂ ਲੜਨ ਜਾਣਾ ਅਸੀਂ ਤੇ ਆਪਣੇ ਭਰਾਵਾਂ ਦੀ ਸਪੋਰਟ ਕਰਨੇ ਆ ਅਸੀਂ ਦੇਖਣਾ ਉੱਥੇ ਜਾ ਕੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਜਿੱਦਾਂ ਸਾਡੇ 50 ਆਦਮੀ ਸ਼ਹੀਦ ਹੋ ਗਏ ਨੇ ਆਲਰੇਡੀ ਸਾਡੀ ਇੱਕ ਮਨਸ਼ਾ ਹੈ ਬਾਹਰ ਵਾਲਿਆਂ ਦੀ ਅਸੀਂ ਕਿਸੇ ਤਰੀਕੇ ਮਦਦ ਕਰ ਸਕੀਏ ਅਸੀਂ ਉਹ 50 ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਕੁਛ ਉਹਨਾਂ ਦੀ ਫਾਈਨੈਂਸ਼ੀਅਲੀ ਸਪੋਰਟ ਕਰ ਸਕੀਏ ਪੈਸੇ ਵੱਲੋਂ ਜਾਂ ਹੋਰ ਕਿਸੇ ਚੀਜ਼ ਵੱਲੋਂ ਇਸ ਕਰਕੇ ਸਾਡੀ ਇਹ ਪਿੱਛੇ ਉਹ ਸੰਘਰਸ਼ ਨੂੰ ਜੋ ਸ਼ਹੀਦ ਹੁੰਦੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ NRE ਬੰਦੇ ਚਲੋ ਦੋ ਦੋ 100-100, 50-50 ਹਜ਼ਾਰ ਡਾਲਰ ਇਕੱਠਾ ਕਰਾਂਗੇ ਅਤੇ ਉਹਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦਾ ਅੱਗੇ ਰੋਟੀ ਪਾਣੀ ਚੱਲਦਾ ਰਹੇਗਾ ਕਿਉਂਕਿ ਜਿਹਨਾਂ ਦਾ ਕੋਈ ਕਮਾਉਣ ਵਾਲਾ ਉਹ ਸ਼ਹੀਦ ਹੋ ਗਿਆ ਉਹ ਘਰ ਦੀ ਰੁੱਕ ਜਾਂਦੀ ਹੈ ਸਾਰੀ ਚਲਾਈ। ਸੋ ਇਸ ਕਰਕੇ ਅਸੀਂ NRE ਨੇ ਸੋਚਿਆ ਵੀ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਪੈਸੇ ਇਕੱਠੇ ਕਰਾਂਗੇ ਉਹ ਪਰਿਵਾਰਾਂ ਨੂੰ ਜਾਂ ਤਾਂ ਉਹਨਾਂ ਦੇ ਕੋਲ ਜਾ ਕੇ ਪੈਸੇ ਦੇ ਕੇ ਜਾਂ ਉਹਨਾਂ ਨੂੰ ਇੱਕ ਸਟੇਜ 'ਤੇ ਬੁਲਾਵਾਂਗੇ ਇੱਕ ਸਾਈਡ 'ਤੇ ਸਾਦੇ ਕੇ ਸਾਰਿਆਂ ਦੀ ਸੇਵਾ ਕਰ ਦਿਆਂਗੇ ਇੱਕ ਵਾਰੀ ਜੋ ਸਾਡੇ ਕੋਲ ਹੋ ਸਕੇ ਕਿਉਂਕਿ ਉਹਨਾਂ ਨੇ ਸਾਡੇ ਦੇਖੋ ਉਹਨਾਂ ਨੇ ਕੋਈ ਲੈਣਾ ਨਹੀਂ ਦੇਣਾ ਉਹ ਆਪਣੀ ਜ਼ਮੀਨ ਬਚਾਉਣ ਲਈ ਵਿਚਾਰੇ ਸ਼ਹੀਦ ਹੋ ਗਏ ਇਹਨਾਂ ਸਾਡੇ ਸੰਘਰਸ਼ ਦੇ ਵਿੱਚ ਉੱਥੇ 1.5 ਮਹੀਨਾ ਹੋ ਗਿਆ ਉੱਥੇ ਬੈਠਿਆਂ ਨੂੰ ਅਤੇ ਠੰਡ ਨਾਲ ਵਿਚਾਰੇ ਮਰ ਰਹੇ ਕੋਈ ਕੁਛ ਬਾਬਾ ਜੀ ਨੇ ਆਪਣੇ ਜੋ ਆਤਮ ਹੱਤਿਆ ਕਰ ਲਈ ਗੋਲੀ ਮਾਰ ਕੇ ਸੁਸਾਈਡ ਉਹ ਵੀ ਦੁਖੀ ਹੋਇਆ ਉਹਨਾਂ ਕੁਛ ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਗਿਆ। ਸੋ ਅਸੀਂ ਸਾਰੇ ਇਕੱਠੇ ਹੋਈਏ ਜੋ ਵੀ ਮੇਰੇ ਵੀਰ ਮੈਂ ਪਹਿਲਾਂ ਵੀ ਕਿਹਾ ਸੀ ਸਵੇਰੇ ਉੱਠੋ ਦਸਵੰਧ ਕੱਢੋ ਸਾਡੇ ਪੁਰਾਣੇ ਸਿੱਖ ਇਹੋ ਹੀ ਕੰਮ ਕਰਦੇ ਇਸੇ ਤਰ੍ਹਾਂ ਹੀ ਸਾਡੇ ਲੰਗਰ ਚੱਲੇ ਨੇ ਗੁਰੂ ਨਾਨਕ ਦੇਵ ਜੀ ਚਲਾ ਗਏ ਨੇ ਉਹ ਇਹਨਾਂ ਚੀਜ਼ਾਂ ਨਾਲ ਹੀ ਚੱਲਣਗੇ ਨੇ ਦਸਵੰਧ ਕੱਢਣ ਇਹ ਸਾਡੀ ਸਿੱਖੀ ਦਾ ਦਸਵੰਧ ਹੈ ਜਿੰਨਾ ਕਿ ਕੋਰੋਨਾ ਵਾਇਰਸ ਆਇਆ ਸਾਡੇ ਬਾਹਰ ਫੋਰਨ ਕੰਟਰੀ ਸਾਰੇ ਇੰਡੀਆ ਦੇ ਵਿੱਚ ਸਾਡੇ ਲੋਕਾਂ ਨੇ ਇਹਨਾਂ ਗੋਰਿਆਂ ਨੂੰ ਇਹਨਾਂ ਕਾਲਿਆਂ ਨੂੰ ਇੰਡੀਆ ਦੇ ਵਿੱਚ ਸਾਊਥ ਇੰਡੀਆ ਵਾਲਿਆਂ ਨੂੰ ਆਪਾਂ ਲੰਗਰ ਛਕਾਏ ਇਹਨਾਂ ਨੂੰ ਇੱਥੋਂ ਪਤਾ ਲੱਗ ਗਿਆ ਸਾਰੇ ਵਰਲਡ ਨੂੰ ਸਿੱਖ ਕੌਮ ਇੱਕ ਬੜੀ ਸ਼ਰਧਾਲੂ ਅਤੇ ਸੇਵਾਦਾਰ ਕੌਮ ਹੈ ਲੋਕਾਂ ਦੀ ਸੇਵਾ ਕਰਨ ਵਾਲੀ ਹੈ ਇਸ ਕਰਕੇ ਅਸੀਂ ਦਸਵੰਧ ਕੱਢਾਂਗੇ ਹੁਣ ਸਾਡੀ ਸਿੱਖ ਕੌਮ 'ਤੇ ਪ੍ਰੋਬਲਮ ਆਈ ਹੈ ਸਧਾਰਨ ਹੈ ਅਸੀਂ ਰਲ ਕੇ ਵੀਰ ਜੀ ਜਿੰਨੇ ਪੈਸੇ ਇਕੱਠੇ ਹੁੰਦੇ ਇੱਕ ਦੋ ਬੰਦਾ ਦਾ ਗਰੁੱਪ ਬਣਾਓ ਜਾ ਕੇ ਇੰਡੀਆ ਜਾ ਕੇ ਉਹਨਾਂ ਦੀ ਆਪ ਆਪਣੇ ਹੱਥੀ ਵੀ ਕਿਸੇ ਨੂੰ ਆਪਣੇ ਹੱਥੀ ਜਾ ਕੇ ਉਹਨਾਂ ਦੀ ਸਪੋਰਟ ਕਰੋ ਅਤੇ ਉੱਥੇ ਪਹੁੰਚੋ ਸੇਵਾ ਕਰੋ ਦੇਖੋ ਫਿਰ ਦੂਜੇ ਬੰਦੇ ਤੁਹਾਨੂੰ ਅਗਲਾ ਗਰੁੱਪ ਤਿਆਰ ਕਰੋ ਇੱਦਾਂ ਅਸੀਂ ਜਾਂਦੇ ਰਹਾਂਗੇ ਸਾਡਾ ਸੰਘਰਸ਼ ਉਹਦੇ 'ਚ ਹੌਸਲਾ ਵਧਾਈ ਵਧਦੀ ਰਹੇਗੀ ਨਾਲੇ ਸਾਡਾ ਕਾਮਯਾਬ ਹੋ ਜਾਏਗਾ ਕਿਉਂਕਿ ਕਾਲੇ ਕਾਨੂੰਨ ਵਾਲੇ ਕਾਨੂੰਨ ਜਿਹੜੇ 3 ਬਣਾਏ ਨੇ ਇਹਨਾਂ ਨੇ ਜਿੰਚਰ ਉਹਨਾਂ ਨੂੰ ਕੈਂਸਲ ਨਹੀਂ ਕੀਤੇ ਉਹਨਾਂ ਨੂੰ ਰੱਦ ਨਹੀਂ ਕੀਤੇ ਅਸੀਂ ਇਹ ਸੰਘਰਸ਼ ਨਹੀਂ ਛੱਡਣਾ ਇਹ ਸੰਘਰਸ਼ ਦਿਨੋ ਦਿਨ ਵਧੇਗਾ ਪਰ ਲੋੜ ਹੈ ਸਾਡੇ NRE ਦੀ ਕਿਉਂਕਿ NRE ਜਿਹਨੇ ਸਿੱਖ ਜਿਹਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਹੀ ਅਸੀਂ ਫੋਰਨ ਕੰਟਰੀਆਂ 'ਚ ਰਹਿੰਦੇ ਹਾਂ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਗੋਰੇ ਨੇ ਸਾਡੇ ਭਰਾ ਭੈਣ ਭਰਾ ਉਹ ਸਾਡੇ ਲੜ ਰਹੇ ਨੇ ਸਾਡਾ ਫਰਜ਼ ਬਣਦਾ ਜੋ ਅਸੀਂ ਜਾ ਕੇ ਇਹਨਾਂ ਦਾ ਸਾਥ ਦੇਈਏ ਉਹ ਡਟ ਕੇ ਕਹੀਏ ਸਪੋਰਟ ਕਰੀਏ ਇਹੀ ਮੌਕਾ ਹੈ ਬਾਕੀ ਬੈਠੇ ਗੱਲਾਂ ਕਰਦੇ ਸਲਾਹ ਕਰਨ ਦਾ ਟਾਈਮ ਨਹੀਂ ਹੁੰਦਾ ਕਿਆ
ਸ਼ਲਾਵਾ ਕਿੰਨੇ ਕਿਆ ਕਰਦਾ ਇਹ ਸੰਘਰਸ਼ ਖਤਮ ਹੋ ਜਾਣਾ ਇਹ ਸੰਘਰਸ਼ ਤੁਸੀਂ ਦੇਖ ਲਿਆ ਮੋਦੀ ਸਾਹਿਬ ਦਾ ਰਵੱਈਆ ਦੇਖ ਲਿਆ ਉਹ ਛੇਤੀ ਮੰਨਣ ਵਾਲਾ ਨਹੀਂ ਪਿੱਛੇ ਹਟਣ ਵਾਲਾ ਧੰਨਵਾਦ ਬਲਦੇਵ ਭਾਈ ਤੁਹਾਡਾ ਤੁਸੀਂ ਜੋੜ ਜੀ ਇਨਫੋਰਮੇਸ਼ਨ ਦਿੱਤੀ ਆ ਆਪਾਂ ਇਹ ਇਨਫੋਰਮੇਸ਼ਨ ਜ਼ਰੂਰ ਸਾਰੇ ਮੈਨੂੰ ਲੱਗਦਾ ਵੀ ਪੰਜਾਬੀਆਂ ਕੋਲ ਗਈ ਹੋਗੀ ਜਿਹੜੇ ਵੀ ਇਸ ਵੇਲੇ ਜਸ ਟੀਵੀ ਦੇਖ ਰਹੇ ਆ ਮੈਂ ਇਹ ਚਾਹੁੰਦਾ ਜੇ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਆ ਬਲਦੇਵ ਭਾਜੀ ਵੀ ਬਿਲਕੁਲ ਲੋਕਲ ਨੇ ਇੰਡੀਅਨਐਪਲਸ ਮੈਂ ਵੀ ਲੋਕਲ ਹਾਂ ਤੁਸੀਂ ਸਾਨੂੰ ਕਦੀ ਵੀ ਕੰਟੈਕਟ ਕਰ ਸਕਦੇ ਹੋ ਮੇਰਾ ਲੋਕਲ ਨੰਬਰ ਹੈ 317-538-5385 ਹੋਰ ਇੱਕ ਦੋ ਮਿੰਟਾਂ ਜਿਹੜੀਆਂ ਅਸੀਂ ਮੈਂ ਅੱਜ ਅਨਾਊਂਸ ਕਰਨਾ ਚਾਹੁੰਦਾ ਕਿ ਹੁਣੇ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਗਾ ਆਉਣ ਵਾਲੀ ਵਿਸਾਖੀ ਜਿਹੜੀ ਆ ਹੋ ਸਕਦਾ ਵਿਸਾਖੀ ਆਪਾਂ ਬੜੇ ਧੂਮਧਾਮ ਨਾਲ ਮਨਾਈਏ ਇੱਥੇ ਉਹਦੀ ਇਨਫੋਰਮੇਸ਼ਨ ਜਿਹੜੀ ਆ ਲੈ ਕੇ ਆਵਾਂਗੇ ਦੂਸਰਾ ਜਿਹੜੀ ਆ ਅਸੀਂ ਜਸ ਪੰਜਾਬੀ ਵੱਲੋਂ ਵੀ ਇਹੀ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਮਹਾਰਾਜ ਮੋਹਰੇ ਕਿ ਇਹ ਕਿਸਾਨ ਅਤੇ ਸਰਕਾਰ ਦੋਨੇ ਰਲ ਕੇ ਇਹਨਾਂ ਦਾ ਫੈਸਲਾ ਹੋ ਜਾਵੇ ਤਾਂ ਕਿ ਪਿਛਲੇ ਸਾਲ ਦੀ ਤਰ੍ਹਾਂ ਜਿਹੜੀ ਪੂਰੀ ਕਮਿਊਨਿਟੀ ਆ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਿਸੇ ਹਰ ਇੱਕ ਬੰਦੇ ਨੂੰ ਇੱਥੇ ਖੁਸ਼ੀ ਨਾਲ ਰਹਿਣ ਨੂੰ ਮਿਲੇ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਆ ਦੋਸਤੋ ਵਾਰ ਵਾਰ ਨਹੀਂ ਮਿਲਦੀ ਮੈਂ ਫਿਰ ਇਹੀ ਅਰਦਾਸ ਕਰੂੰਗਾ ਆਪਣੇ ਵੱਲੋਂ ਜਸ ਟੀਵੀ ਦੀ ਪੂਰੀ ਟੀਮ ਵੱਲੋਂ ਕਿ ਇਹ ਸਰਕਾਰਾਂ ਅਤੇ ਕਿਸਾਨਾਂ ਦੀ ਬਣ ਜਾਵੇ ਇਹ ਕੋਈ ਫੈਸਲਾ ਲੈਣ ਅਤੇ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਕਿ ਵਿਸਾਖੀ ਦਾ ਪ੍ਰੋਗਰਾਮ ਅਸੀਂ ਹੋ ਸਕਦਾ ਕਿ ਲੋਹੜੀ ਦਾ ਪ੍ਰੋਗਰਾਮ ਵੀ ਲੈ ਕੇ ਆਈਏ ਕਮਿਊਨਿਟੀ ਦੇ ਵਿੱਚੋਂ ਕਾਫੀ ਹੀ ਸਾਨੂੰ ਹੌਸਲਾ ਮਿਲ ਰਿਹਾ ਕਿ ਇੱਦਾਂ ਦੇ ਪ੍ਰੋਗਰਾਮ ਜਿਹੜੇ ਕਿਉਂਕਿ ਹੁਣ ਜਸ ਟੀਵੀ ਆਪਾਂ ਲੋਕਲ ਇੰਡੀਆ ਵਿੱਚ ਆਉਣ ਦੇ ਨਾਲ ਕਾਫੀ ਲੋਕਾਂ ਦਾ ਆਪਾਂ ਨੂੰ ਮਿਲਿਆ ਹੌਸਲਾ ਵੀ ਤੁਸੀਂ ਕਰੋ ਪ੍ਰੋਗਰਾਮ ਜ਼ਰੂਰ ਚਾਹੀਦੇ ਨੇ ਕਿਉਂਕਿ ਪਿਛਲੇ ਸਾਲ ਦੇ ਵਿੱਚ ਬਹੁਤ ਪ੍ਰੋਗਰਾਮ ਘੱਟ ਹੋਏ ਹਰ ਇੱਕ ਬੰਦਾ ਅੰਦਰ ਬੈਠ ਕੇ ਬਹੁਤ ਤੰਗ ਆ ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਪ੍ਰੋਗਰਾਮ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇੱਕ ਕਮੇਡੀ ਸ਼ੋਅ ਹੋਊਗਾ ਕਮੇਡੀਅਨ 100% ਅਮੈਰੀਕਨ ਕਮੇਡੀਅਨ ਸ਼ੋਅ ਹੋਊਗਾ ਜਿਹੜੇ ਕਮੇਡੀ ਵੀ ਅਮੈਰੀਕਾ ਬਾਰੇ ਹੋਊਗੀ ਨਾ ਕਿ ਇੰਡੀਆ ਬਾਰੇ ਇੱਥੇ ਦੇ ਜੋ ਗੱਲਾਂ ਬੀਤਦੀਆਂ ਨੇ ਦਿਨ ਦੇ ਵਿੱਚ ਬਿਜ਼ਨਸ 'ਤੇ ਜਾਂ ਟਰੈਕਿੰਗ 'ਤੇ ਜਾਂ ਰੈਗੂਲਰ ਹਾਸੇ ਮਜ਼ਾਕ ਦੀਆਂ ਗੱਲਾਂ ਉਹ ਜੋ ਅਮੈਰੀਕਾ ਕਹਿਣਾ ਬਾਹਰਲੇ ਵੈਸਟਰਨ ਕੰਟਰੀ ਦੀਆਂ ਕਾਮੇਡੀ ਤਿਆਰ ਕਰਨ ਲੱਗੇ ਹਾਂ ਅਤੇ ਉਹਦੇ ਵਿੱਚ ਇੱਕ ਜ਼ਰੂਰਤ ਆ ਮੈਨੂੰ ਹਰ ਤਰ੍ਹਾਂ ਦੇ ਬੰਦੇ ਦੀ ਜਿਹੜਾ ਕਮੇਡੀ ਕਰਨ ਦਾ ਸ਼ੌਂਕ ਰੱਖਦਾ ਮੈਨੂੰ ਜ਼ਰੂਰ ਕਾਲ ਕਰੋ ਮੇਰਾ ਨੰਬਰ ਤੁਹਾਨੂੰ ਦੱਸ ਚੁੱਕਿਆ 317-538-5385 ਜਾਂ ਮੇਰੀ ਈਮੇਲ ਵੀ ਹੈ broad@justbroadcasting.com ਤੁਸੀਂ ਮੈਨੂੰ ਆਪਣੀ ਵੀਡੀਓ ਦੇ ਕਲਿੱਪ ਭੇਜ ਸਕਦੇ ਹੋ ਜਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਹੋਰ ਸਾਨੂੰ ਇਸ ਕਾਮੇਡੀ ਸ਼ੋਅ ਬਾਰੇ ਕਿਹੜੀ ਤੁਹਾਨੂੰ ਕੋਈ ਚਾਹੀਦੀ ਹੈ ਮੈਂ ਉਹ ਜ਼ਰੂਰ ਦੇਵਾਂਗਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਮੈਂ ਤੁਹਾਨੂੰ ਅੱਗੇ ਪ੍ਰੋਗਰਾਮ ਦੱਸੇ ਨੇ ਗੁਰੂ ਘਰਾਂ ਦੇ ਪ੍ਰੋਗਰਾਮ ਵੀ ਆਪਣੇ ਕੋਲ ਆ ਰਹੇ ਨੇ ਉਹਨਾਂ ਦੀ ਵੀ ਵੱਡੀ ਰਿਕੁਐਸਟ ਆ ਕਿ ਉਹਨਾਂ ਨੂੰ ਵੀ ਕਵਰ ਕੀਤਾ ਜਾਵੇ ਲਾਈਵ ਆਪਾਂ ਉਹਨਾਂ ਨੂੰ ਵੀ ਕਵਰ ਲਾਈਵ ਕਵਰ ਕਰਾਂਗੇ ਅਤੇ ਬਾਕੀ ਦੇ ਜਿਹੜੇ ਹੋਰ ਪ੍ਰੋਗਰਾਮ ਛੋਟੇ ਛੋਟੇ ਪ੍ਰੋਗਰਾਮ ਨੇ ਜੇ ਤੁਸੀਂ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਹੋ ਕਿ ਜਸ ਟੀਵੀ ਨੂੰ ਕੀ ਕਰਨਾ ਚਾਹੀਦਾ ਜਾਂ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਸਾਨੂੰ ਲੈ ਕੇ ਆਉਣੇ ਚਾਹੀਦੇ ਆ ਜਾਂ ਅਸੀਂ ਕਮਿਊਨਿਟੀ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਸਾਨੂੰ ਜ਼ਰੂਰ ਚੱਲਦੇ ਸ਼ੋਅ 'ਚ ਵੀ ਕਾਲ ਕਰ ਲਿਆ ਕਰੋ ਤੁਸੀਂ ਆਫ ਏਅਰ ਵੀ ਕਾਲ ਕਰ ਸਕਦੇ ਹੋ ਮੈਂ ਸੈੱਲ ਫੋਨ ਨੰਬਰ ਫਿਰ ਆਪਣਾ ਬੋਲ ਦਿੰਦਾ ਕਿ 317-517-5385 ਜਿਹੜਾ ਇੱਥੇ ਲੋਕਲ ਨੰਬਰ ਹੈ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਮੈਂ ਹਰ ਰੋਜ਼ ਇੰਡੀਅਨਐਪਲਸ ਹਾਂ ਇੱਥੇ ਪਿਛਲੇ 25 ਸਾਲ ਤੋਂ ਇੱਥੇ ਹੀ ਰਹਿ ਰਿਹਾ ਅਤੇ ਬੜੇ ਹੀ ਇੱਥੇ ਵਧੀਆ ਬੰਦੇ ਨੇ ਔਰ ਹਰ ਤਰ੍ਹਾਂ ਦੇ ਬੰਦੇ ਨੂੰ ਇੱਥੇ ਮੂਵ ਹੋ ਕੇ ਵਧੀਆ ਹੀ ਆਪਣਾ ਫੈਮਿਲੀ ਨੂੰ ਉਹ ਰੇਸ ਕਰ ਸਕਦਾ ਜ਼ਰੂਰੀ ਨਹੀਂ ਕਿ ਤੁਸੀਂ ਬਿਜ਼ਨਸ ਲੈਣਾ ਤੁਸੀਂ ਇੱਥੇ ਆ ਕੇ ਕੰਮ ਵੀ ਕਰ ਸਕੋ ਬੜੀਆਂ ਵਧੀਆ ਵਧੀਆ 25-25-30 ਤਰ੍ਹਾਂ ਦੀਆਂ ਜੋਬਾਂ ਮਿਲਦੀਆਂ ਨੇ ਆਮ ਜਿਹੜੇ ਵੇਅਰ ਹਾਊਸਾਂ ਜੋਬਾਂ ਬਹੁਤ ਹੀ ਡਿਮਾਂਡ ਆ ਅਤੇ ਹੋਰ ਕਿਸੇ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਆਪਾਂ ਦੂਜਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਕੱਲ੍ਹ ਲੈ ਕੇ ਆ ਰਹੇ ਹਾਂ ਕਿਉਂਕਿ ਟੈਕਸ ਸੀਜ਼ਨ ਆ ਰਿਹਾ ਕੱਲ੍ਹ ਸਾਡੇ ਨਾਲ ਸੰਧੂ CPA ਜੁੜਨਗੇ 11-12 ਦਾ ਸਮਾਂ ਹੈ ਕੋਈ ਵੀ ਤੁਸੀਂ ਅਕਾਊਂਟਿੰਗ ਬਾਰੇ ਜਾਂ ਟੈਕਸ ਬਾਰੇ ਕੋਈ ਕੁਐਸਚਨ ਪੁੱਛਣਾ ਹੋਵੇ ਕਿਉਂਕਿ ਕਾਫੀ ਦੁਬਧਾ ਦੇ ਕੁਐਸਚਨ ਹੁੰਦੇ ਨੇ ਟੈਕਸ ਦੇ ਤੁਸੀਂ ਜ਼ਰੂਰ ਸਾਨੂੰ ਕੱਲ੍ਹ ਲਾਈਵ ਸ਼ੋਅ 'ਤੇ ਦੇਖ ਸਕਦੇ ਹੋ ਅਤੇ ਕਾਲ ਵੀ ਕਰ ਸਕਦੇ ਹੋ ਕੋਈ ਵੀ ਟੈਕਸ ਦਾ ਕੁਐਸਚਨ ਹੋਵੇ ਅਤੇ ਇਸੇ ਤਰ੍ਹਾਂ ਦੋਸਤੋ ਸਮਾਂ ਹੋ ਗਿਆ ਸਮਾਂ ਯਾਦ ਨਹੀਂ ਦਿੰਦਾ ਸਮਾਂ ਭੱਜਿਆ ਜਾਂਦਾ ਸਮਾਂ ਇੱਕ ਐਸੀ ਚੀਜ਼ ਨੇ ਕਦੇ ਰੁਕਣਾ ਨਹੀਂ ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਫਿਰ ਮਿਲੂੰਗਾ ਲਾਈਵ 11-12 ਇੱਕ ਅਕਾਊਂਟੈਂਟ ਸੰਧੂ CPA ਲੈ ਕੇ ਅਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ ਦਿਓ ਅੱਜ ਸਤਿ ਸ਼੍ਰੀ ਅਕਾਲ।